ਡਾਕਟਰ ਦਲੀਪ ਕੌਰ ਟਿਵਾਣਾ ਦਾ ਨੋਵਲ ਹੈ ਜੇ ਕਿਧਰੇ ਰੱਬ ਟੱਕਰ ਜੇ। ਅੰਗ ਪਹਿਲਾ। ਇਸ ਨਿੱਕੇ ਜਿਹੇ ਪਿੰਡ ਦੀਆਂ ਸਿਰਫ 3 ਬੀਹੀਆਂ ਹਨ। ਇਹ ਗਬਲੀ ਬੀਹੀ ਦੀ ਗੱਲ ਹੈ ਜਿਹਦੇ ਅਖੀਰ 'ਤੇ ਜਾ ਕੇ ਸਾਧੂ ਦਾ ਘਰ ਸੀ ਅਤੇ ਇੱਥੇ ਜਾ ਕੇ ਇਹ ਬੀਹੀ ਬੰਦ ਹੋ ਜਾਂਦੀ ਸੀ। ਇਸ ਬੀਹੀ 'ਚ ਕੁੱਲ 12-13 ਘਰ ਸਨ ਅਤੇ ਸਾਰੇ ਘਰ ਇਉਂ ਮਿਲ ਜੁਲ ਕੇ ਰਹਿੰਦੇ ਸਨ ਜਿਵੇਂ ਕੋਈ ਟੱਬਰ ਹੋਵੇ। ਸਿਰਫ ਬਿਸ਼ਨੀ ਬੁੜੀ ਸੀ ਜਿਹੜੀ ਸਾਰਿਆਂ ਨੂੰ ਗਾਲਾਂ ਕੱਢਦੀ ਰਹਿੰਦੀ ਸੀ। ਸ਼ਾਇਦ ਕਦੇ ਅਜਿਹੀਆਂ ਗਾਲਾਂ ਦਾ ਲੋਕ ਬੁਰਾ ਮਨਾਉਂਦੇ ਹੋਣ, ਪਰ ਹੁਣ ਤਾਂ ਜਿਵੇਂ ਸਭ ਨੂੰ ਉਹਦੀਆਂ ਗਾਲਾਂ ਸੁਣਨ ਦੀ ਆਦਤ ਪੈ ਗਈ ਸੀ। ਇੱਥੋਂ ਤੱਕ ਕਿ ਉਹ ਤਾਂ ਰੱਬ ਨੂੰ ਵੀ ਗਾਲਾਂ ਦਿੰਦੀ ਰਹਿੰਦੀ ਸੀ। ਆਖੇ ਜੈ ਖਾਣਿਆ, ਮੈਂ ਤੇਰਾ ਕੀ ਵਿਗਾੜਿਆ ਸੀ? ਕਹਿੰਦੇ ਨੇ ਤੇਰੇ ਹੁਕਮ ਬਿਨਾਂ ਪੱਤਾ ਨਹੀਂ ਝੁੱਲਦਾ, ਫਿਰ ਆਪ ਹੀ ਤੂੰ ਤਾਪ ਬਣ ਕੇ ਆਇਆ ਹੋਏਗਾ ਜਿਹਨੇ ਸੰਤੂ ਨੂੰ ਖਾ ਲਿਆ। ਤੈਨੂੰ ਮੇਰੇ ਨਿੱਕੇ ਨਿੱਕੇ ਬਾਲਾਂ 'ਤੇ ਵੀ ਤਰਸ ਨਾ ਆਇਆ? ਤੂੰ ਸੰਤੂ ਨੂੰ ਸਾਡੇ ਤੋਂ ਖੋਹ ਲਿਆ, ਤੂੰ ਕੀ ਜਾਣੇ ਸਿਰੋਂ ਨੰਗੀ ਜਨਾਨੀ ਨਾਲ ਕੀ ਬੀਤਦੀਆਂ ਨੇ, ਤੂੰ ਕੀ ਜਾਣੇ ਮੈਂ ਕਿਹੜੇ ਦੋਜਕਾਂ ਨਾਲ ਮੁੰਡਾ ਅਤੇ ਕੁੜੀ ਪਾਲੇ ਨੇ। ਨਾ ਜੇ ਪੁੱਤ ਮੇਰਾ ਫੌਜ 'ਚ ਨਾ ਭਰਤੀ ਹੁੰਦਾ ਤਾਂ ਮੇਰੇ 'ਚ ਤਾਂ ਕੁੜੀ ਨੂੰ ਬਾਹਰੋਂ ਉਠਾਲਣ ਦੀ ਪਰੋਖੋਂ ਵੀ ਨਹੀਂ ਸੀ। ਇਉਂ ਬਿਸ਼ਨੀ ਬੁੜੀ ਨੂੰ ਜੇ ਕੋਈ ਹੋਰ ਨਾ ਮਿਲਦਾ ਤਾਂ ਆਪਣੇ ਆਪ ਨਾਲ ਗੱਲਾਂ ਕਰਦੀ ਆਖਦੀ, ਬਖਤੌਰ ਸਿਉਂ ਕੇ ਦੇਖ ਲੈ ਮਾਇਆ ਅੱਗ ਲਾਇਆ ਕਿਹੜੀ ਮੁੱਕਦੀ ਹੈ, ਦੇ ਦੇ ਕੇ ਵਿਆਜ ਦੇ ਪੈਸੇ ਆਪਣੀਆਂ ਮਮਟੀਆਂ ਮਾੜੀਆਂ ਖੜੀਆਂ ਕਰ ਲਈਆਂ, ਧੀਆਂ ਨੂੰ ਰੁੜ ਜਾਣੇ ਨੇ, ਵੱਡੇ ਘਨੀ ਵਿਆਹਿਆ। ਮੈਂ ਜੇ ਕਦੇ ਲੋੜ ਪੈਣ 'ਤੇ ਉਧਾਰ ਸੁਧਾਰ ਰੁਪਈਏ ਲਏ ਨੇ, ਵਿਆਜ ਭਾਵੇਂ ਨਹੀਂ ਲੈਂਦਾ ਪਰ ਹੁੱਬ ਕੇ ਲੋਕਾਂ ਨੂੰ ਦੱਸਦਾ ਫਿਰੂ ਵੀ ਰੁੜ ਜਾਣੇ ਆ, ਘਰਾਂ ਦੇ 100 ਪਰਦੇ ਹੁੰਦੇ ਨੇ। ਬੀਹੀ ਦਾ ਜੇ ਕੋਈ ਬੰਦਾ ਇੱਧਰ ਉੱਧਰ ਜਾਂਦਾ ਦਿਸ ਪਏ ਤਾਂ ਹਰੇਕ ਨੂੰ ਆਖੂਗੀ, ਰੁੜ ਜਾਣਿਆ ਕਿੱਧਰ ਨੂੰ ਮੂੰਹ ਚੱਕੀ ਜਾ ਰਿਹਾ ਹੈ, ਅਤੇ ਜੇ ਕੋਈ ਤੀਵੀਂ ਜਾਂਦੀ ਦਿਸ ਪਓ ਤਾਂ ਆਖੂਗੀ, ਬੇਹਿਆ ਘੱਗਰਾ ਤਾਂ ਫੂਕ ਲੈ, ਆ ਤੇਰੇ ਜਾਣਦਿਆਂ ਦਾ ਪਿੰਡ ਤਾਂ ਨਹੀਂ ਵੀ ਮੂੰਹ ਚੱਕੀ ਜਿੱਧਰ ਨੂੰ ਮਰਜ਼ੀ ਤੁਰ ਪਵੇ। ਰਲੀ ਬੁੜੀ ਭਾਵੇਂ ਬਿਸ਼ਨੀ ਦੇ ਹਾਣ ਦੀ ਸੀ ਪਰ ਬੀਹੀ 'ਚ ਬੈਠੀ ਨਸੁਹਾਰ ਸੁੰਘਦੀ ਬਿਸ਼ਨੀ ਨੂੰ ਹਮੇਸ਼ਾ ਅੰਮਾ ਆਖ ਕੇ ਮੱਥਾ ਟੇਕਦੀ ਸੀ। ਬਿਸ਼ਨੀ ਦਾ ਸਾਧੂ ਦੀ ਘਰ ਵਾਲੀ ਜੈਕੁਰ ਨਾਲ ਜਿਵੇਂ ਇੱਟ ਕੁੱਤੇ ਦਾ ਵੈਰ ਸੀ। ਜੈਕੁਰ ਨੂੰ ਸੁਣਾ ਕੇ ਆਖਦੀ, ਇਸ ਠਿੰਗਣੀ ਜੀ ਨੂੰ ਦੇਖ ਲਓ ਕਿਵੇਂ ਟੱਬਰ ਮੂਹਰੇ ਲਾ ਛੱਡਿਆ, ਸਾਧੂ ਤਾਂ ਸਾਧੂ ਬਚਨਾ ਵੀ ਇਹਦੇ ਮੂਹਰੇ ਸਾਹ ਨਹੀਂ ਖੜਦਾ, ਬਚਨਾ ਵੀ ਫੌਜ 'ਚ ਜਾਣ ਤੋਂ ਪਹਿਲਾਂ ਇਹਦੇ ਮੂਹਰੇ ਗੋਲਿਆਂ ਵਾਂਗ ਭੱਜਿਆ ਫਿਰਦਾ ਸੀ। ਬਿਸ਼ਨੀ ਗਿਆਨੀ ਧਿਆਨੀ ਰਾਮ ਸਿੰਘ ਨੂੰ ਵੀ ਨਹੀਂ ਸੀ ਛੱਡਦੀ। ਉਹ ਆਖਦੀ, ਇਹ ਤਾਂ ਬਗਲਾ ਭਗਤ ਹੈ, ਮਜਾਲ ਹੈ ਇਹਦੀ ਬਗੀਚੀ 'ਚੋਂ ਕੋਈ ਬੇਰ ਤੋੜ ਲਏ। ਸ਼ਹੀਦਾਂ ਦੀ ਮੱਟੀ 'ਤੇ ਜੋ ਵੀ ਕੋਈ ਚੀਜ਼ ਧਰ ਕੇ ਮੱਥਾ ਟੇਕ ਕੇ ਆਉਂਦਾ ਤਾਂ ਫੱਟ ਚੱਕ ਕੇ ਡਕਾਰ ਜਾਂਦਾ। ਇਹਨੂੰ ਬਾਬੇ ਸ਼ਹੀਦ ਵੀ ਕੁਛ ਨਹੀਂ ਆਖਦੇ, ਨਹੀਂ ਤਾਂ ਜੇ ਕੋਈ ਨਵੀਂ ਸੂਈ ਮੱਝ ਦਾ ਦੁੱਧ ਨਾ ਚੜ੍ਹਾ ਕੇ ਆਵੇ ਤਾਂ ਮੱਝਾਂ ਦੇ ਥਣਾਂ 'ਚ ਦੁੱਧ ਦੀ ਥਾਂ ਲਹੂ ਆਉਣ ਲੱਗ ਜਾਂਦਾ, ਹੋਰ ਨਹੀਂ ਤਾਂ ਕਟਰੂਈ ਮਰਜੂ। ਨਵੀਂ ਬਹੂ ਦਾ ਜੇ ਕੋਈ ਸ਼ਹੀਦਾਂ ਦੇ ਮੱਥਾ ਨਾ ਟਕਾ ਕੇ ਲਿਆਵੇ ਤਾਂ ਕੋਈ ਬਿੱਜ ਪਈ ਕਿ ਪਈ। ਉਹ ਸਭ ਨੂੰ ਦੱਸਦੀ, ਨਿਹਾਲ ਕੌਰ ਪੋਤੇ ਦਾ ਮੱਥਾ ਟਿਕਾਉਣ ਨਹੀਂ ਸੀ ਗਈ ਤਾਂ ਮੁੰਡਾ ਸਾਲ ਭਰ ਬੋਲਿਆ ਹੀ ਨਾ, ਫਿਰ ਕਿਤੇ ਜਾ ਕੇ ਬਾਬੇ ਸ਼ਹੀਦਾਂ ਦੇ ਮੱਥੇ ਰਗੜੇ, ਮੁੰਡੇ ਦਾ ਤੰਦੂਆ ਕਟਵਾਇਆ ਤਾਂ ਕਿਤੇ ਜਾ ਕੇ ਉਹ ਬੋਲਣ ਲੱਗਿਆ। ਕਰਮੋ ਬਾਰੇ ਬਿਸ਼ਨੀ ਬੁੜੀ ਆਖਦੀ, ਇਸ ਮੋਮੋ ਠੱਗਣੀ ਦੀ ਗੱਲ ਨਾ ਸੁਣਿਆ ਕਰੋ, ਇਹਦੇ ਚੱਟੇ ਤਾਂ ਦਰਖਤ ਵੀ ਹਰੇ ਨਹੀਂ ਹੋਏ। ਲੋਕਾਂ ਦਾ ਇੱਕ ਇੱਕ ਵਾਰੀ ਵਿਆਹ ਹੁੰਦਾ, ਇਹਨੇ ਬਹੂ ਮਰੀ ਅਤੇ ਦੂਜੀ ਵਾਰੀ ਵੀ ਮੁੰਡਾ ਵਿਆਹ ਲਿਆ। ਬਿਸ਼ਨੀ ਬੁੜੀ ਪਿੱਪਲ ਵਾਲਿਆਂ ਦੀ ਸੋਧਾ ਨੂੰ ਥੋੜ੍ਹਾ ਜਿਹਾ ਪਸੰਦ ਕਰਦੀ ਸੀ ਕਿਉਂਕਿ ਉਹ ਬੋਲਦੀ ਬੜਾ ਮਿੱਠਾ ਸੀ। ਜਿੰਨੀ ਵਾਰੀ ਵੀ ਬਿਸ਼ਨੀ ਬੁੜੀ ਨੂੰ ਉਹ ਟੱਕਰਦੀ ਉੰਨੀ ਵਾਰੀ ਉਹਦੇ ਪੈਰੀਂ ਹੱਥ ਲਾਉਂਦੀ ਸੀ। ਮੋੜ ਮੁੜ ਕੇ ਜਿਹੜੇ ਦੋ ਘਰ ਛੀਂਬਿਆਂ ਦੇ ਸਨ ਉਹਨਾਂ ਨੂੰ ਬਿਸ਼ਨੀ ਬੁੜੀ ਬਹੁਤਾ ਗੌਲਦੀ ਨਹੀਂ ਸੀ। ਪਿੰਡ 'ਚ ਸੁੱਖ ਸ਼ਾਂਤ ਸੀ ਅਤੇ ਗਬਲੀ ਬੀਹੀ ਦੇ ਲੋਕ ਵੀ ਰੰਗੀ ਵਸਦੇ ਸਨ। ਬਿਸ਼ਨੀ ਬੁੜੀ ਦੇ ਨਿੱਕੇ ਜਿਹੇ ਵਿਹੜੇ ਨਾਲ ਲੱਗਦਾ ਵੱਡਾ ਸਾਰਾ 7-8 ਫੁੱਟ ਉੱਚਾ ਕੱਚੀ ਮਿੱਟੀ ਦਾ ਇੱਕ ਥੜਾ ਸੀ ਜਿਹਦੇ ਉੱਪਰ ਗੋਲ ਮਮਟੀ ਬਣੀ ਹੋਈ ਸੀ। ਬੀਹੀ ਵਾਲੇ ਪਾਸੇ ਉਸ 'ਚ ਇੱਕ ਆਲਾ ਸੀ ਜਿਸ ਵਿੱਚ ਰਾਤ ਨੂੰ ਘਿਓ ਦਾ ਦੀਵਾ ਜਗਦਾ ਰਹਿੰਦਾ ਸੀ। ਇਸ 'ਚ ਦੇਸੀ ਘਿਓ ਅਤੇ ਰੂੰ ਦੀ ਵੱਟੀ ਬੱਤੀ ਕਰ ਹਰੇਕ ਘਰ ਵਾਰੀ ਸਿਰ ਪਾਉਂਦਾ ਰਹਿੰਦਾ ਸੀ। ਇਸ ਬੀਹੀ ਦੇ ਸਾਰੇ ਘਰ ਇਸ ਗੱਲ ਨੂੰ ਮੰਨਦੇ ਸਨ ਕਿ ਨਿੱਕੇ ਜਿਹੇ ਕੱਦ ਵਾਲਾ ਜੱਟਾਧਾਰੀ ਪਿੰਡੇ 'ਤੇ ਸੁਆਹ ਮਲੀ, ਤੇੜ ਲੰਗੋਟੀ ਪਾਈ ਅਤੇ ਹੱਥ 'ਚ ਚਿਮਟਾ ਫੜੀ ਇਸ ਬੁਰਜ ਵਾਲਾ ਬਾਬਾ ਹਨੇਰੇ ਸਵੇਰੇ ਬੀਹੀ ਦੇ ਸਾਰੇ ਘਰਾਂ 'ਚ ਫਿਰਦਾ ਰਹਿੰਦਾ। ਪਰ ਬਿਸ਼ਨੀ ਬੁੜੀ ਨੂੰ ਪਤਾ ਨਹੀਂ ਕੀ ਸੁੱਝੀ ਕਿ ਇੱਕ ਦਿਨ ਉਹਨੇ ਖੁਰਪੀ ਲੈ ਕੇ ਆਪਣੇ ਵਿਹੜੇ ਵੱਲ ਦਾ ਬਾਬੇ ਬੁਰਜ ਦਾ ਪਾਸਾ ਖੁਰਚਣਾ ਸ਼ੁਰੂ ਕਰਤਾ। ਕੋਈ ਉਹਨੂੰ ਕੁਛ ਆਖਣ ਦੀ ਹਿੰਮਤ ਨਹੀਂ ਸੀ ਕਰਦਾ। ਫਿਰ ਲੋਕਾਂ ਨੇ ਦੇਖਿਆ ਕਿ ਹਰ ਰੋਜ਼ ਹੀ ਬੁੜੀ ਖੁਰਚ ਖੁਰਚ ਕੇ ਆਪਣੇ ਪਾਸੇ ਵਾਲੀ ਬੁਰਜ ਦੀ ਮਿੱਟੀ ਲਾਹੀ ਜਾਂਦੀ ਸੀ।
ਅੱਥ ਨੇ ਤਸਲਾ ਫੜ ਕੇ ਆਪਣੀ ਕੁੜੀ ਨੂੰ ਚੁਕਾ ਦਿੰਦੀ ਅਤੇ ਆਖਦੀ ਕਿ ਇਹਨੂੰ ਟੋਭੇ 'ਚ ਸੁੱਟਿਆ। ਹੌਲੀ ਹੌਲੀ ਇਹ ਮਿੱਟੀ ਖੁਰਚ ਖੁਰਚ ਕੇ ਉਹਨੇ ਵਿਹੜਾ ਕਾਫੀ ਖੁੱਲ੍ਹਾ ਕਰ ਲਿਆ ਸੀ ਅਤੇ ਅਖੀਰ 'ਚ ਸੰਤੀ ਦੇ ਘਰ ਵੱਲ ਦੀ ਬਾਬੇ ਬੁਰਜ ਦੀ ਕੰਧ ਜਿੰਨੀ ਮਿੱਟੀ ਹੀ ਖੜ੍ਹੀ ਰਹਿ ਗਈ ਸੀ ਜਾਂ ਫਿਰ ਬੀਹੀ ਵੱਲ ਦੀ ਰਹਿ ਗਈ ਸੀ ਜਿਸ 'ਚ ਆਲਾ ਸੀ। ਇਸ ਆਲੇ 'ਚ ਰਾਤ ਭਰ ਘਿਓ ਦਾ ਦੀਵਾ ਜਗਦਾ ਸੀ। ਮਗਰੋਂ ਬਿਸ਼ਨੀ ਬੁੜੀ ਨੇ ਤੂੜੀ ਵਾਲੀ ਚੀਕਣੀ ਮਿੱਟੀ ਨਾਲ ਬੁਰਜ ਦੀਆਂ ਬਚੀਆਂ ਹੋਈਆਂ ਦੋਵੇਂ ਕੰਧਾਂ ਲਿਪ ਦਿੱਤੀਆਂ। ਹੁਣ ਉਹਨੂੰ ਬੜੀ ਤਸੱਲੀ ਸੀ ਕਿ ਉਹਦਾ ਵਿਹੜਾ ਕਿੰਨਾ ਖੁੱਲ੍ਹਾ ਹੋ ਗਿਆ। ਕਹਿੰਦੇ ਨੇ ਜਦੋਂ ਬਿਸ਼ਨੀ ਬੁੜੀ ਨੇ ਬਾਬੇ ਬੁਰਜ ਨੂੰ ਖੁਰਚ ਖੁਰਚ ਕੇ ਮਿੱਟੀ ਲਾ ਲਾ ਕੇ ਆਪਣਾ ਵਿਹੜਾ ਖੁੱਲ੍ਹਾ ਕਰਨਾ ਸ਼ੁਰੂ ਕਰਤਾ, ਉਦੋਂ ਤੋਂ ਹੀ ਬਾਬਾ ਬੁਰਜ ਵਾਲਾ ਬਾਲ ਰੂਪ ਵਿੱਚ ਜਟਾਧਾਰੀ ਪਿੰਡੇ ਸੁਆਹ ਮਲੀ ਅਤੇ ਤੇੜ ਲੰਗੋਟੀ ਪਾਈ ਅਤੇ ਹੱਥ 'ਚ ਚਿਮਟਾ ਫੜੀ ਘਰਾਂ 'ਚ ਦਿਸਣੋਂ ਹਟ ਗਿਆ ਸੀ। ਅਜੇ ਬਹੁਤੇ ਦਿਨ ਨਹੀਂ ਬੀਤੇ ਕਿ ਇੱਕ ਦਿਨ ਬੁਰੀ ਖਬਰ ਆ ਗਈ ਕਿ ਬਿਸ਼ਨੀ ਬੁੜੀ ਦੀ ਧੀ ਗੇਜੋ ਦਾ ਪ੍ਰਾਹੁਣਾ ਸੱਪ ਲੜ ਕੇ ਮਰ ਗਿਆ। ਬਿਸ਼ਨੀ ਬੁੜੀ ਨੇ ਖਬਰ ਸੁਣੀ ਤਾਂ ਉਹਨੇ ਉੱਚੀ ਉੱਚੀ ਲੇਰਾਂ ਮਾਰੀਆਂ। ਲੇਰਾਂ ਸੁਣ ਕੇ ਬੀਹੀ ਵਿਹੜਾ ਇਕੱਠਾ ਹੋ ਗਿਆ। ਦੁਪਹਿਰ ਤੋਂ ਪਹਿਲਾਂ ਹੀ ਟਰਾਲੀ 'ਤੇ ਬੈਠ ਕੇ ਬੀਹੀ ਵਿਹੜੇ ਦੇ ਲੋਕ ਕੁੜੀ ਦੇ ਸਹੁਰਿਆਂ ਵੱਲ ਤੁਰ ਪਏ। ਬਿਸ਼ਨੀ ਬੁੜੀ ਕਦੇ ਕੀਰਨੇ ਪਾਉਣ ਲੱਗ ਜਾਂਦੀ, ਕਦੇ ਰੱਬ ਨੂੰ ਗਾਲਾਂ ਦੇਣ ਲੱਗ ਪੈਂਦੀ, ਬਈ ਔਤ ਜਾਣਿਆ ਮੇਰੀ ਧੀ ਨੇ ਤੇਰਾ ਕੀ ਵਿਗਾੜਿਆ ਸੀ, ਜੇ ਕੋਈ ਕਸੂਰ ਹੋਇਆ ਸੀ ਤਾਂ ਉਹਦੀ ਸਜ਼ਾ ਮੈਨੂੰ ਦਿੰਦਾ। ਰੱਬ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਟਰਾਲੀ 'ਚ ਮੂਹਰੇ ਬੈਠੀ ਚਿੱਟੀ ਚੁੰਨੀ ਨਾਲ ਅੱਖਾਂ ਪੂੰਝਦੀ ਨਿਹਾਲ ਕੌਰ ਨੇ ਕਿਹਾ। ਪ੍ਰਾਹੁਣੇ ਨੂੰ ਦਾਗ ਲਾਉਣ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। ਅੱਗੇ ਉਹਨਾਂ ਦਾ ਘਰ ਵੀ ਲੋਕਾਂ ਨਾਲ ਭਰਿਆ ਹੋਇਆ ਸੀ। ਕਿਸੇ ਨੇ ਦੱਸਿਆ ਕਿ ਖੇਤ ਨੂੰ ਪਾਣੀ ਲਾ ਰਿਹਾ ਸੀ ਪ੍ਰਾਹੁਣਾ, ਉਦੋਂ ਪਾਣੀ 'ਚ ਹੀ ਤਰਦਾ ਕਾਲਾ ਨਾਗ ਕਿੱਧਰੋਂ ਆ ਗਿਆ। ਪ੍ਰਾਹੁਣੇ ਨੇ ਕਹੀ ਨਾਲ ਉਹਦਾ ਸਿਰ ਤਾਂ ਵੱਢਤਾ, ਪਰ ਇਹ ਤੋਂ ਪਹਿਲਾਂ ਹੀ ਉਹ ਪ੍ਰਾਹੁਣੇ ਦੇ ਡੰਗ ਮਾਰ ਚੁੱਕਿਆ ਸੀ। ਜਿੰਨੇ ਚਿਰ ਨੂੰ ਗੱਡਾ ਜੋੜ ਕੇ ਲੋਕ ਉਹਨੂੰ ਗੱਡੇ 'ਚ ਪਾ ਕੇ ਕਿਸੇ ਹਸਪਤਾਲ 'ਚ ਲਿਜਾਣ ਦੀ ਸਲਾਹ ਕਰ ਰਹੇ ਸਨ, ਉਦੋਂ ਤੱਕ ਪ੍ਰਾਹੁਣਾ ਨੀਲਾ ਹੋ ਗਿਆ ਸੀ। ਉਹਦੇ ਮੂੰਹ 'ਚੋਂ ਝੱਗ ਆਉਣ ਲੱਗ ਪਈ। ਲੋਕਾਂ ਦੇ ਚੁੱਕਦਿਆਂ ਚੁੱਕਦਿਆਂ ਉਹਦੇ ਪ੍ਰਾਣ ਨਿਕਲ ਗਏ। ਲੋਕਾਂ ਨੇ ਖਾਲ ਕੋਲ ਜਾ ਕੇ ਦੇਖਿਆ ਕਿ ਕਾਲਾ ਜ਼ਹਿਰੀ ਨਾਗ ਵੀ ਉੱਥੇ ਵੱਢਿਆ ਪਿਆ ਸੀ। ਕੁਛ ਚਿਰ ਉਹਦਾ ਸਿਰ ਅੱਡ ਅਤੇ ਧੜ ਅੱਡ ਲੁੱਟਣੀਆਂ ਖਾਂਦੇ ਰਹੇ। ਅਖੀਰ ਸੱਪ ਮਰ ਗਿਆ। ਸੱਪ ਕਾਹਦਾ ਸੀ, ਉਹ ਤਾਂ ਕਾਲ ਸੀ ਗੇਜੋ ਦੇ ਪ੍ਰਾਹੁਣੇ ਦਾ। ਪ੍ਰਾਹੁਣੇ ਨੂੰ ਦਾਗ ਲਵਾ ਕੇ ਸਿਆਪੇ 'ਚ ਖੇਸ ਸੁੱਟ ਕੇ ਰੋਂਦੀ ਹੋਈ ਗੇਜੋ ਨੂੰ ਗਲ ਲਾ ਲਾ ਉਹਦੇ ਪੇਕਿਓਂ ਆਈਆਂ ਬੁੜੀਆਂ ਅਤੇ ਸਿਰ ਪਲੋਸਦੇ ਬੰਦੇ ਆਖਰ ਪਿੰਡ ਨੂੰ ਮੁੜ ਪਏ। ਬਿਸ਼ਨੀ ਬੁੜੀ ਨੇ ਘਰ ਆ ਕੇ ਨਾ ਕੁਝ ਖਾਧਾ ਨਾ ਕੁਝ ਪੀਤਾ, ਆ ਕੇ ਅਲਾਣੀ ਮੰਜੀ 'ਤੇ ਡਿੱਗ ਪਈ। ਹਨੇਰੇ ਹੋਏ ਜੈਕੁਰ ਕੌਲੀ 'ਚ ਦਾਲ ਅਤੇ ਥਾਲੀ 'ਚ ਦੋ ਰੋਟੀਆਂ ਪਾ ਕੇ ਉਹਦੇ ਵੱਲ ਆਈ। ਪ੍ਰਤਾਪੀ ਪਹਿਲਾਂ ਹੀ ਉਹਦੇ ਲਈ ਚਾਹ ਲਿਆਈ ਬੈਠੇ ਸੀ, ਪਰ ਬਿਸ਼ਨੀ ਬੁੜੀ ਰੋਈ ਜਾ ਰਹੀ ਸੀ। ਆਖਦੀ ਸੀ ਬੁਰਕੀ ਕਿਹੜਾ ਨਿੱਗਰਦੀ ਹੈ। ਜੈਕੁਰ ਨੇ ਥਾਲੀ ਉਹਦੇ ਅੱਗੇ ਧਰਦਿਆਂ ਆਖਿਆ, ਮਰਿਆ ਨਾਲ ਮਰਿਆ ਤਾਂ ਨਹੀਂ ਜਾਂਦਾ, ਟੁੱਕ ਦੀ ਬੁਰਕੀ ਤਾਂ ਖਾਣੀ ਪਊ। ਪਰਸੋਂ ਨੂੰ ਫਿਰ ਫੁੱਲ ਚੁਗਣ ਜਾਣਾ, ਨਾਲੇ ਸਹੁਰਿਆਂ ਵੱਲੋਂ ਮੜੀ ਢੱਕਣ ਲਈ ਕੱਪੜਾ ਲੈ ਕੇ ਜਾਣਾ। ਰੱਬ ਨੇ ਜਿਹੜੀ ਕਰਨੀ ਸੀ ਕਰਤੀ, ਹੁਣ ਤਾਂ ਤਕੜਿਆਂ ਹੋਇਆ ਹੀ ਸਰੂ। ਨਾਲੇ ਮੁੰਡੇ ਨੂੰ ਸੁਨੇਹਾ ਭੇਜ ਦੇ ਵੀ ਉਹ ਭੋਗ ਵਾਲੇ ਵਿਹਲੇ ਆ ਜਾਏ। ਬਿਸ਼ਨੀ ਬੁੜੀ ਨੇ ਇੱਕ ਰੋਟੀ ਖਾ ਕੇ ਥਾਲੀ ਪਰਾਂ ਧੱਕ ਦਿੱਤੀ। ਸਾਰੀ ਬੀਹੀ ਦੀਆਂ ਔਰਤਾਂ ਬਿਸ਼ਨੀ ਅੰਮਾ ਕੋਲ ਆਉਂਦੀਆਂ ਰਹਿੰਦੀਆਂ ਅਤੇ ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੀਆਂ। ਜੈਕੁਰ ਨੇ ਇੱਕ ਦਿਨ ਆਖਿਆ ਕਿ ਅੰਮਾ, ਹੁਣ ਕੁੜੀ ਇੱਥੇ ਨਾ ਲਿਆਵੀਂ, ਆਪੇ ਉਹਦੇ ਸਹੁਰੇ ਕੋਈ ਹੀਲਾ ਕਰਨਗੇ। ਉਹਨਾਂ ਦਾ ਛੋਟਾ ਮੁੰਡਾ ਜੇ ਕਿਤੇ ਮੰਗਿਆ ਵਿਆਹਿਆ ਨਹੀਂ, ਉਸੇ ਦੇ ਆਪੇ ਲੜ ਲਾ ਦੇਣਗੇ। ਅਜੇ ਨਿਆਣਾ ਲੱਗਦਾ, ਹੋਰ 2-4 ਸਾਲਾਂ ਨੂੰ ਆਪੇ ਪਰਿਵਾਰ ਨੂੰ ਸਾਂਭਣ ਜੋਗਾ ਹੋ ਜਾਊ। ਕੁੜੀ ਤੋਂ ਵੀ ਪੁੱਛਣਾ ਪਊ, ਬਿਸ਼ਨੀ ਅੰਮਾ ਨੇ ਕਿਹਾ। ਤੂੰ ਅੰਮਾ ਆਪ ਸਿਆਣੀ ਹੈ, ਬੰਦੇ ਦੇ ਬਿਨਾਂ ਤਾਂ ਔਰਤ ਦਾ ਕਿਤੇ ਵੀ ਰਹਿਣਾ ਸੌਖਾ ਨਹੀਂ। ਨਾਲੇ ਸੁੱਖ ਨਾਲ ਮੁੰਡਾ ਕੁੜੀ ਉਹਦੇ 2 ਜਵਾਕ ਨੇ, ਕਿਸੇ ਤੀਜੇ ਨੇ ਉਹਨਾਂ ਬਾਰੇ ਸੋਚਣਾ ਹੀ ਨਹੀਂ, ਜੈਕੁਰ ਨੇ ਕਿਹਾ। ਇਹ ਸਾਰੀਆਂ ਗੱਲਾਂ ਪਹਿਲਾਂ ਹੀ ਅੰਮਾ ਦੇ ਮਨ 'ਚ ਕਸਮਾਣ ਪਾ ਰਹੀਆਂ ਸਨ। 10ਵੇਂ ਦਿਨ ਭੋਗ ਪੈ ਗਿਆ। ਕੁੜੀ ਛੋਟੇ ਮੁੰਡੇ ਦੇ ਲੜ ਲਾ ਦਿੱਤੀ। ਅੰਮਾ ਬਿਸ਼ਨੀ ਇੱਕ ਤਰ੍ਹਾਂ ਨਾਲ ਸੁਰਖਰੂ ਹੋਈ ਮਹਿਸੂਸ ਕਰ ਰਹੀ ਸੀ। ਅੰਮਾ ਦਾ ਮੁੰਡਾ ਵੀ ਭੋਗ ਵੇਲੇ ਪਹੁੰਚ ਗਿਆ ਸੀ। ਕਾਫੀ ਚਿਰ ਤੋਂ ਅੰਮਾ ਉਹਦਾ ਵਿਆਹ ਕਰਨ ਬਾਰੇ ਸੋਚ ਰਹੀ ਸੀ, ਪਰ ਅਜੇ ਤਾਂ ਇਸ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਰਲੀ ਜਿਹੜਾ ਰਿਸ਼ਤਾ ਅੰਮਾ ਬਿਸ਼ਨੀ ਦੇ ਮੁੰਡੇ ਨੂੰ ਕਰਵਾਉਂਦੀ ਸੀ, ਉਹੀ ਉਹਨੇ ਜੈਕੁਰ ਦੇ ਬਚਨੇ ਨੂੰ ਕਰਵਾਤਾ। ਸੋਹਣੀ ਸੁਨੱਖੀ ਲੰਬੀ ਸੀਬੋ ਨੂੰ ਦੇਖ ਕੇ ਅੰਮਾ ਬਿਸ਼ਨੀ ਦੇ ਹੌਲ ਜਿਹਾ ਪਿਆ। ਕਿੱਥੇ ਸੀਬੂ ਨੇ ਉਹਦੀ ਨੂੰ ਹੋਣਾ ਸੀ, ਕਿੱਥੇ ਸਮਝੋ ਡੋਲਾ ਘਰੋਂ ਆ ਕੇ ਮੁੜ ਗਿਆ। ਚੱਲ ਹੋਰ ਮਿਲ ਜੂ ਜਿਹੜੀ ਮੁੰਡੇ ਦੀ ਕਿਸਮਤ 'ਚ ਹੋਊ। ਧੰਨਵਾਦ। ਅੰਗ ਦੂਸਰਾ। ਹੱਲਿਆਂ ਵੇਲੇ ਇੱਕ ਦਿਨ ਬਚਨੀ ਮੂੰਹ ਨੇਰੀ ਜਦੋਂ ਬਾਹਰ ਕੰਨੀ ਗਈ ਸੀ
ਤਾਂ ਖੇਤ 'ਚ ਝਾੜੀਆਂ ਦੇ ਕੋਲ ਇੱਕ 2 ਸਾਲ ਦੀ ਕੁੜੀ ਰੋ ਰਹੀ ਸੀ। ਸ਼ਾਇਦ ਰਾਤ ਵੇਲੇ ਮੁਸਲਮਾਨਾਂ ਦਾ ਕਾਫਲਾ ਇੱਥੋਂ ਲੰਘਿਆ ਸੀ ਅਤੇ ਕੁੜੀ ਕਿਤੇ ਰੁਲ ਗਈ ਸੀ, ਜਾਂ ਫਿਰ ਇਹਦੇ ਮਾਂ ਪਿਓ ਕਿਧਰੇ ਮਾਰ ਮੂਰ ਦਿੱਤੇ ਹੋਣਗੇ। ਇਸ ਕੁੜੀ ਨੂੰ ਤਰਸ ਖਾ ਕੇ ਬਚਣੀ ਆਪਣੇ ਨਾਲ ਘਰ ਲਿਆਈ ਸੀ। ਇਸ ਗੱਲ ਨੂੰ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਉਹ ਕੁੜੀ ਜਿਹਦਾ ਨਾਮ ਬਚਨੀ ਨੇ ਕਰਤਾਰੀ ਰੱਖ ਦਿੱਤਾ ਸੀ, ਹੁਣ ਵੱਡੀ ਹੋ ਗਈ ਸੀ। ਮਨ ਹੀ ਮਨ ਬਚਨੀ ਸੋਚਦੀ ਸੀ ਕਿ ਮੇਰੇ ਲਾਲਸਿਓ ਨੂੰ ਪੁੰਨ ਦਾ ਰਿਸ਼ਤਾ ਤਾਂ ਕਿਤੋਂ ਹੋਣਾ ਨਹੀਂ, ਰਿਸ਼ਤਾ ਵੀ ਤਾਂ ਲੋਕ ਚਾਰ ਡਲੇ ਦੇਖ ਕੇ ਹੀ ਕਰਦੇ ਨੇ। 2 ਕਿੱਲਿਆਂ ਵਾਲੇ ਜੱਟ ਨੂੰ ਕਿਹੜਾ ਧੀ ਦੇਊਗਾ? ਉਹ ਲੋਕਾਂ ਦੇ ਕਚੀਰੇ ਤੋਂ ਡਰਦੀ ਸੀ, ਨਹੀਂ ਤਾਂ ਲਾਲਸਿਓ ਦਾ ਵਿਆਹ ਕਰਤਾਰੀ ਨਾਲ ਹੀ ਕਰ ਦਿੰਦੀ। ਇੱਕ ਦਿਨ ਹੌਸਲਾ ਕਰਕੇ ਬਿਸ਼ਨੀ ਅੰਮਾ ਨੂੰ ਬਚਨੀ ਨੇ ਪੁੱਛ ਹੀ ਲਿਆ ਕਿ ਅੰਮਾ, ਕਰਤਾਰੀ ਨੂੰ ਕਿਹਦੇ ਲੜ ਲਾਈਏ? ਜਵਾਨ ਹੋ ਚੱਲੀ ਹੈ, ਨਾਲੇ ਨਾ ਇਹਦਾ ਅੱਗਾ ਨਾ ਪਿੱਛਾ। ਮੈਂ ਤਾਂ ਰੱਬ ਦਾ ਜੀ ਸਮਝ ਕੇ ਖੇਤ 'ਚੋਂ ਚੁੱਕ ਲਿਆਈ ਸੀ ਅਤੇ ਸਾਡੇ ਨਾਲ ਰੁੱਖਾ ਮਿੱਸਾ ਖਾ ਕੇ ਵੱਡੀ ਹੋ ਗਈ ਹੈ। ਅੰਮਾ ਬਿਸ਼ਨੀ ਕੁਝ ਚਿਰ ਚੁੱਪੀ ਰਹੀ, ਫਿਰ ਆਖਣ ਲੱਗੀ ਕਿ ਇਸ ਵਿਚਾਰੀ ਨੂੰ ਕਿਹਨੇ ਉੱਠਣਾ? ਕਿਸੇ ਬੁੱਢੇ ਠੇਰੇ ਜਾਂ ਫਿਰ ਕਿਸੇ ਅਮਲੀ ਠਮਲੀ ਦੇ ਘਰ ਤੋਰੇਂਗੀ ਤਾਂ ਤੈਨੂੰ ਸਰਾਪ ਲੱਗੂ। ਅੰਮਾ, ਹੁਣ ਮੈਂ ਇਹਨੂੰ ਸਾਰੀ ਉਮਰ ਘਰ ਤਾਂ ਨਹੀਂ ਰੱਖ ਸਕਦੀ, ਕੁਛ ਨਾ ਕੁਛ ਤਾਂ ਕਰਨਾ ਪਊ। ਬਚਨੀ ਨੇ ਚਿੰਤਾ ਜ਼ਾਹਰ ਕੀਤੀ। ਜੇ ਮੇਰੀ ਮੰਨੇ ਤਾਂ ਗੁਰਦੁਆਰੇ ਜਾ ਕੇ ਲਾਲਸਿਓ ਨਾਲ ਆਨੰਦ ਪੜਾ ਦੇ, ਘਰ ਤੇਰਾ ਵੀ ਬਸ ਜੂ ਅਤੇ ਕੁੜੀ ਦਾ ਥਾਂ ਟਿਕਾਣਾ ਵੀ ਹੋਜੂ, ਬਿਸ਼ਨੀ ਬੁੜੀ ਨੇ ਕਿਹਾ। ਵਿੱਚੋਂ ਤਾਂ ਬਿਸ਼ਨੀ ਸੋਚਦੀ ਸੀ ਕਿ ਹੋਰ ਕੀ, ਇਹਦੇ ਮੁੰਡੇ ਨੂੰ ਘੋੜੀਆਂ ਜੋੜੀਆਂ ਵਾਲੇ ਰਿਸ਼ਤੇ ਕਰਨਗੇ। ਬਿਸ਼ਨੀ ਦੀ ਗੱਲ ਸੁਣ ਕੇ ਬਚਨੀ ਮਨ ਹੀ ਮਨ ਖੁਸ਼ ਹੋ ਗਈ ਅਤੇ ਆਖਣ ਲੱਗੀ, ਅੰਮਾ ਲੋਕ ਕੀ ਆਖਣਗੇ? ਲੋਕਾਂ ਦੇ ਮਾਰ ਗੋਲੀ, ਲੋਕਾਂ ਦਾ ਕੀ ਹੈ, ਤਾਂ ਕਿਸੇ ਦੇ ਘਰ ਖਾਣ ਜਾਣਾ? ਨਾਲੇ ਮੈਂ ਦੱਸਾਂ, ਇਹ ਬੜੇ ਪੁੰਨ ਦੀ ਗੱਲ ਹੋਊ। ਬਚਨੀ ਨੇ ਆਂਢ ਗੁਆਂਢ 'ਚ ਦੱਸ ਦਿੱਤਾ ਕਿ ਅੰਮਾ ਬਿਸ਼ਨੀ ਨੇ ਕਰਤਾਰੀ ਦਾ ਰਿਸ਼ਤਾ ਲਾਲਸਿਓ ਨਾਲ ਕਰ ਦੇਣ ਨੂੰ ਆਖਿਆ। ਜਿਹਨੇ ਵੀ ਇਹ ਗੱਲ ਸੁਣੀ ਚੁੱਪ ਕਰ ਗਿਆ। ਚੜ੍ਹਦੇ ਅੱਸੂ ਦੇ ਮਹੀਨੇ ਬਚਨੀ ਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਸੱਦ ਕੇ ਅਤੇ ਆਪਣੀ ਬੀਹੀ ਵਿਹੜੇ ਨੂੰ ਨਿਉਂਦਾ ਦੇ ਕੇ ਗੁਰਦੁਆਰੇ 'ਚ ਲਾਲਸਿਓ ਦੇ ਕਰਤਾਰੀ ਨਾਲ ਆਨੰਦ ਪੜਾਤੇ। ਆਪ ਹੀ ਬਚਨੀ ਨੇ ਸ਼ਹਿਰੋਂ 5-4 ਨਵੇਂ ਸੂਟ ਕਰਤਾਰੀ ਨੂੰ ਸਵਾ ਦਿੱਤੇ ਅਤੇ 2 ਕੁੜਤੇ ਪਜਾਮੇ ਲਾਲਸਿਓ ਨੂੰ ਲੈਤੇ। ਆਪਣੀਆਂ ਸੋਨੇ ਦੀਆਂ ਡੰਡੀਆਂ ਭਨਵਾ ਕੇ ਕਰਤਾਰੀ ਲਈ ਕਾਂਟੇ ਛਾਂਪ ਬਣਾ ਦਿੱਤੇ। ਰਿਸ਼ਤੇਦਾਰਾਂ ਨੇ ਅਤੇ ਸ਼ਰੀਕੇ ਕਬੀਲੇ ਵਾਲਿਆਂ ਨੇ ਜਿਹੜਾ ਨਿਉਂਦਾ ਪਾਇਆ, ਉਸ ਨਾਲ ਲੇਖੂ ਬਣੀਏ ਤੋਂ ਵਿਆਹ ਲਈ ਉਧਾਰ ਲਿਆਂਦੇ ਖਾਣ ਪੀਣ ਦੇ ਸਮਾਨ ਦੇ ਪੈਸੇ ਦਿੱਤੇ ਗਏ। ਬਚਨੀ ਬਹੁਤ ਖੁਸ਼ ਸੀ। ਬਚਨੇ ਦਾ ਜਦੋਂ ਵਿਆਹ ਨਸੀਬ ਕੌਰ ਨਾਲ ਹੋਇਆ, ਜਿਹਨੂੰ ਸਾਰੇ ਸੀਬੋ ਸੱਦੇ ਸਨ, ਤਾਂ ਲੋਕਾਂ ਨੂੰ ਲੱਗਿਆ ਕਿ ਐਡੀ ਸੋਹਣੀ ਜਵਾਨ ਕੁੜੀ ਸੀਬੋ ਇਹਨਾਂ ਨੂੰ ਕਿੱਥੋਂ ਮਿਲ ਗਈ? ਨਾ ਇਹਨਾਂ ਦੇ ਬਹੁਤੀ ਜ਼ਮੀਨ ਸੀ, ਨਾ ਹੀ ਪੱਕਾ ਘਰ। ਸੀਬੋ ਕੰਮ ਕਾਰ ਨੂੰ ਛੋਲੀ ਅਤੇ ਸਹੁੰਨਰੀ ਸੀ। ਸਾਧੂ ਨੇ 1-2 ਵਾਰੀ ਆਖ ਦਿੱਤਾ ਕਿ ਸੀਬੋ ਦਾਲ ਪਾਣੀ ਚੰਗਾ ਬਣਾ ਲੈਂਦੀ ਹੈ, ਤਾਂ ਜੈਕੁਰ ਨੂੰ ਚੰਗਾ ਨਹੀਂ ਸੀ ਲੱਗਿਆ। ਇੱਕ ਦਿਨ ਜੈਕੁਰ ਸੀਬੋ ਨੂੰ ਖਿਜ ਰਹੀ ਸੀ ਕਿ ਹਰ ਧੀਏ ਦਿਨ ਆਪਣੇ ਕੱਪੜੇ ਧੋਣ ਬੈਠ ਜਾਂਦੀ ਹੈ, ਸੋਡਾ ਸਾਬਣ ਕੋਈ ਮੁਫਤ ਆਉਂਦਾ ਹੈ, ਰੋਜ਼ ਅੱਖਾਂ 'ਚ ਕੱਜਲ ਪਾ ਕੇ 1/2 ਘੰਟਾ ਦੰਦਾਸਾ ਮਲਦੀ ਰਹਿੰਦੀ ਹੈ। 6 ਮਹੀਨੇ ਤੋਂ ਉੱਤੇ ਹੋ ਗਏ ਵਿਆਹ ਨੂੰ, ਅਜੇ ਵੀ ਨਵੀਆਂ ਨਵੇਲੀਆਂ ਬਹੂਆਂ ਵਾਂਗ ਸੱਜਦੀ ਹੈ। ਗੁਲਜ਼ਾਰਾ ਅਤੇ ਮਿਲਖਾ ਵੀ ਆ ਕੇ ਉਸੇ ਤੋਂ ਰੋਟੀ ਮੰਗਣਗੇ, ਚਾਚੀ ਦਾ ਚਾਅ ਕਿਹੜਾ ਚੁੱਕਿਆ ਜਾਂਦਾ ਰੁੜ ਜਾਣਿਆਂ ਤੋਂ। ਕੁੜੇ ਜੈਕੁਰੇ, ਕੋਈ ਅਕਲ ਦੀ ਗੱਲ ਕਰਿਆ ਕਰ, ਹਿੰਗ ਲੱਗੀ ਨਾ ਫਟਕੜੀ, ਮੈਨੂੰ ਮੂੰਹ ਨਰਗੀ ਬਹੁਤ ਹੀ ਆ ਗਈ, ਸਾਰਾ ਦਿਨ ਕੰਮ ਕਰਦੀ ਊਰੇ ਵਾਂਗ ਉੱਧੜਦੀ ਰਹਿੰਦੀ ਆ, ਮੂੰਹ 'ਚ ਸੱਤਿਆ ਮਾਨ ਦੇ ਬੋਲ ਨਹੀਂ, ਫਿਰ ਵੀ ਤੂੰ ਚਿੜਚਿੜ ਕਰਦੀ ਰਹਿੰਦੀ ਆ। ਦੂਜਾ ਮੁੰਡਿਆਂ ਵਰਗਾ ਬਚਣਾ ਵੀ ਸਾਰਾ ਦਿਨ ਕੰਮ ਲੱਗਿਆ ਰਹਿੰਦਾ, ਘਿਓ ਸ਼ੱਕਰ ਪਾਉਣ ਵੇਲੇ ਤੈਨੂੰ ਬਚਣਾ ਯਾਦ ਹੀ ਨਹੀਂ ਰਹਿੰਦਾ। ਆਪਣੇ ਜਵਾਕ ਗੁਲਜ਼ਾਰਾ ਅਤੇ ਮਿਲਖਾ ਹੀ ਦੱਸਦੇ ਨੇ ਕੀ ਹੋ ਗਿਆ, ਜੇ ਬਚਨੇ ਦੀ ਮਾਂ ਜਿਉਂਦੀ ਨਹੀਂ, ਹੈ ਤਾਂ ਇਹ ਵੀ ਕਿਸੇ ਮਾਂ ਦਾ ਪੁੱਤ ਹੀ, ਬਿਸ਼ਨੀ ਨੇ ਝਾੜ ਪਾਉਣ ਵਾਂਗ ਕਿਹਾ। ਮੈਂ ਤਾਂ ਕਈ ਵਾਰੀ ਗੁਲਜ਼ਾਰੇ ਦੇ ਬਾਈ ਨੂੰ ਆਖਿਆ ਕਿ ਬਚਨੇ ਨੂੰ ਬਾਹਰਲੇ ਘਰ ਅੱਡ ਕਰ ਦੇ, ਉਹ ਵੀ ਜਦ ਘਰ ਆਊਗਾ ਹੋਰ ਕਿਸੇ ਨੂੰ ਨਹੀਂ ਸੀਬੋ ਨੂੰ ਹੀ ਆਖੂਗਾ। ਸੀਬੋ ਪੁੱਤ ਰੋਟੀ ਪਾ ਦੇ ਮੈਨੂੰ, ਜੈਕੁਰ ਨੇ ਖਿੱਚ ਕੇ ਕਿਹਾ। ਮਹੀਨੇ ਮਗਰੋਂ ਘਰ 'ਚ ਚੰਗਾ ਕਲੇਸ਼ ਖੜਾ ਕਰਕੇ ਜੈਕੁਰ ਨੇ ਸੀਬੋ ਅਤੇ ਬਚਨੇ ਨੂੰ ਬਾਹਰਲੇ ਡੰਗਰਾਂ ਵਾਲੇ ਘਰ ਅੱਡ ਕਰ ਦਿੱਤਾ। 2 ਕੁ ਮੰਜੀਆਂ, 4 ਕੁ ਭਾਂਡੇ, 2 ਕੁ ਦਰੀਆਂ ਅਤੇ ਹੋਰ ਨਿੱਕਾ ਮੋਟਾ ਸਮਾਨ ਦੇ ਕੇ ਜੈਕੁਰ ਨੇ ਹੱਥ ਝਾੜ ਦਿੱਤੇ। ਉਹ ਤਾਂ ਬਿਸ਼ਨੀ ਨੇ ਹਾਲ ਹਾਲ ਕੀਤੀ ਤਾਂ ਕਿਤੇ ਜਾ ਕੇ ਸੀਬੋ ਦਾ ਸੰਦੂਕ ਅਤੇ ਉਹਦੇ ਵਿਆਹ 'ਚ ਆਈਆਂ ਚੀਜ਼ਾਂ ਜੈਕੁਰ ਨੇ ਬਾਹਰਲੇ ਘਰ ਭਜਵਾਈਆਂ। ਸੀਬੋ ਨੇ ਲਿਪ ਪੋਚ ਕੇ ਘਰ ਹੱਟੜੀ ਵਰਗਾ ਬਣਾ ਦਿੱਤਾ। ਬਚਨਾ ਟੋਬੇ 'ਚੋਂ ਚੀਕਣੀ ਮਿੱਟੀ ਲਿਆ ਕੇ ਤੂੜੀ ਪਾ ਕੇ ਮਿੱਧ ਕੇ ਤਿਆਰ ਕਰ ਦਿੰਦਾ ਅਤੇ ਸੀਬੋ ਨੇ ਚੁੱਲ੍ਹੇ ਕੋਲ ਮੋਰਨੀਆਂ ਵਾਲਾ ਓਟਾ ਬਣਾ ਲਿਆ ਅਤੇ ਫਿਰ ਪਾਂਡੂ ਲਿਆ ਕੇ ਸਾਰੀਆਂ ਕੰਧਾਂ 'ਤੇ ਫੇਰ ਦਿੱਤਾ। ਮਗਰੋਂ ਪੀਲੀ ਮਿੱਟੀ ਦੀ ਸਾਰੇ ਘਰ 'ਚ ਤਲੀ ਦੇ ਦਿੱਤੀ।
ਮੰਜੇ ਉੱਪਰ ਦਰੀ ਵਿਛਾ ਕੇ ਕੱਢੀ ਹੋਈ ਚਾਦਰ ਵਿਛਾਤੀ। ਦੋਹਾਂ ਪੀੜ੍ਹੀਆਂ ਉੱਪਰ ਸੂਤ ਮੈਲਾ ਹੋ ਜਾਣ ਦੇ ਡਰੋਂ ਫੁੱਲਾਂ ਵਾਲੇ ਕੱਪੜੇ ਲਾ ਦਿੱਤੇ, ਭਾਂਡੇ ਲਿਸ਼ਕਾ ਕੇ ਟਾਂਡ ਉੱਤੇ ਚਿਣ ਦਿੱਤੇ। ਸਾਧੂ ਦੇ ਦੋਵੇਂ ਨਿਆਣੇ ਮਿਲਖਾ ਅਤੇ ਗੁਲਜ਼ਾਰਾ ਬਹੁਤਾ ਚਾਚੀ ਦੇ ਘਰ ਹੀ ਖੇਡਦੇ ਸਨ। ਬਿਸ਼ਨੀ ਅੰਮਾ ਇੱਕ ਦਿਨ ਆਈ ਤਾਂ ਆਖਣ ਲੱਗੀ ਕਿ ਇਹ ਹੁੰਦੀ ਹੈ ਸੁਹੁੰਡਰੀ ਦੀ ਗੱਲ, ਚੌਂ ਦਿਨਾਂ 'ਚ ਹੀ ਘਰ ਦੀ ਕਾਇਆ ਹੀ ਪਲਟਦੀ, ਰੱਬ ਤੁਹਾਨੂੰ ਭਾਗ ਲਾਵੇ, ਜਿਉਂਦੇ ਵੱਸਦੇ ਰਹੋ। ਇਹ ਅਸੀਸਾਂ ਤਾਂ ਅੰਮਾ ਸੀਬੂ ਦੇ ਪੈਰੀਂ ਹੱਥ ਲਾਉਣ 'ਤੇ ਹੀ ਦੇ ਦਿੱਤੀਆਂ, ਤਾਂ ਹੁਣ ਕੋਈ ਹੋਰ ਅਸੀਸ ਦੇ, ਬਚਨੇ ਨੇ ਮਜ਼ਾਕ ਕਰਨ ਵਾਂਗ ਆਖਿਆ। ਦੇਖਦਾ ਕਿਵੇਂ ਝੇਡਾਂ ਕਰਦਾ, ਆਹ ਮੂਨ ਵਰਗੀ ਕੁੜੀ 'ਤੇ ਆ ਗਈ ਨਾ, ਅਸੀਸਾਂ ਨੂੰ ਕਿਹੜਾ ਆਪਾਂ ਵੇਦ ਪੜ੍ਹਨੇ ਨੇ। ਚਾਰ ਗੱਲਾਂ ਹੋਰ ਆਖ ਦਿੰਦੀਆਂ, ਬੁੱਢ ਸੁਹਾਗਣ ਹੋਵੇ, ਦੁੱਧੀ ਨਹਾਵੇਂ, ਪੁੱਤੀ ਫਲੇ, ਰਾਬੇ ਨੂੰ ਭਾਗ ਲਾਵੇ। ਅੰਮਾ ਗੇੜਾ ਮਾਰਦੀ ਰਿਹਾ ਕਰ ਤਾਂ ਜੋ ਇਹਦੀ ਅਕਲ ਟਿਕਾਣੇ ਰਹੇ, ਮੈਨੂੰ ਤਾਂ ਇਹ ਕੁਛ ਸਮਝਦੀ ਨਹੀਂ। ਆਖਦੀ ਹੈ ਮੱਝ ਦੀ ਧਾਰ ਤੂੰ ਕੱਢੀ, ਬਚਨੇ ਨੇ ਕਿਹਾ। ਕਿਉਂ, ਇਹਨਾਂ ਦੇ ਘਰ ਮੱਝਾਂ ਗਾਈਆਂ ਨਹੀਂ ਸੀ ਹੁੰਦੀਆਂ। ਬੇ ਧਾਰ ਤੂੰ ਕੱਢੇਂਗਾ, ਬਾਲਾ ਨਾ ਸਿਰ ਚੜ੍ਹਾਈ, ਅੰਮਾ ਨੇ ਕਿਹਾ। ਤਾਂ ਹੀ ਤਾਂ ਮੈਂ ਕਹਿੰਦੀ ਹਾਂ ਤੂੰ ਗੇੜਾ ਮਾਰਦੀ ਰਹੀ, ਬਚਨੇ ਨੇ ਹੱਸ ਕੇ ਕਿਹਾ। ਜਾਵੇ ਵਿਗੜਿਆ ਹੋਇਆ, ਮੈਂ ਤੈਨੂੰ ਜਾਣਦੀ ਹਾਂ, ਤੂੰ ਜਾਣ ਕੇ ਬਹੂ ਦੇ ਮੂਹਰੇ ਇਹੋ ਜਿਹੀਆਂ ਗੱਲਾਂ ਕਰਦਾ ਵੀ ਅੰਮਾ ਜਿਵੇਂ ਸਾਰੀ ਗਲੀ ਗੁਆਂਢ ਨੇ ਮੱਤਾਂ ਦੇਣ ਲਈ ਅਤੇ ਝਿੜਕਾਂ ਦੇਣ ਲਈ ਰੱਖੀ ਹੈ। ਸੱਚ ਬਚਣਿਆ, ਮੈਂ ਤਾਂ ਤੈਨੂੰ ਇੱਕ ਹੋਰ ਗੱਲ ਆਖਣੀ ਸੀ, ਉਹ ਇਹ ਵੀ ਹੌਲੀ ਹੌਲੀ ਕਰਕੇ ਬਾਬੇ ਬੁਰਜ ਵਾਲੀ ਮਿੱਟੀ ਜਿਹੜੀ ਮੈਂ ਕੱਢੀ ਸੀ ਉਹ ਤਾਂ ਕੀੜੀਆਂ ਨੇ ਭੌਣ ਬਣਾ ਬਣਾ ਕੇ ਭੁੱਲੀ ਕਰ ਛੱਡੀ, ਹੁਣ ਆਪਾਂ ਉੱਥੇ ਚੀਕਣੀ ਮਿੱਟੀ ਦੇ ਡਲੇ ਪਾ ਕੇ ਮੁੜ ਉਹ ਸਾਰੀ ਥਾਂ ਭਰਨੀ ਹੈ, ਉਵੇਂ ਉੱਤੇ ਮਮਟੀ ਬਣਾਉਣੀ ਹੈ, ਫਿਰ ਮੈਂ ਅਤੇ ਸੀਬੂ ਰਲ ਕੇ ਇਹਨੂੰ ਲਿਪ ਦਿਆਂਗੀਆਂ, ਬਿਸ਼ਨੀ ਨੇ ਕਿਹਾ। ਜਿਵੇਂ ਤੂੰ ਆਖੇ ਅੰਮਾ, ਬਚਨੇ ਨੇ ਕਿਹਾ। ਬਚਨੇ ਨੂੰ ਪਤਾ ਸੀ ਵਿੱਚੋਂ ਵਿੱਚ ਸਾਰੀ ਬੀਹੀ ਵਾਲੇ ਗੱਲਾਂ ਕਰਦੇ ਨੇ ਕਿ ਅੰਮਾ ਬਿਸ਼ਨੀ ਦਾ ਜਵਾਈ ਐਵੇਂ ਨਹੀਂ ਮਰਿਆ, ਇਹ ਤਾਂ ਬਾਬੇ ਬੁਰਜ ਵਾਲੇ ਨੇ ਕਰੋਪੀ ਚਾ ਕੇ ਸੱਪ ਬਣ ਕੇ ਡੰਗਿਆ ਹੋਊ। ਉਦੋਂ ਤਾਂ ਅੰਮਾ ਡਰੀ ਨਹੀਂ ਜਦੋਂ ਸਾਰਾ ਬੁਰਜ ਛਿਲ ਛਿਲ ਕੇ ਆਪਣਾ ਵਿਹੜਾ ਖੁੱਲ੍ਹਾ ਕਰ ਲਿਆ, ਹੁਣ ਅੰਮਾ ਡਰਦੀ ਮਾਰੀ ਇਹਨੂੰ ਫਿਰ ਬਣਾਉਣਾ ਚਾਹੁੰਦੀ ਹੈ। ਵਿੱਚੋਂ ਵਿੱਚ ਅੰਮਾ ਨੂੰ ਵੀ ਇਸ ਗੱਲ ਦਾ ਪਤਾ ਸੀ। ਇੱਕ ਦਿਨ ਅੰਮਾ ਬਿਸ਼ਨੀ ਸੀਬੋ ਦੇ ਘਰ ਗਈ ਤਾਂ ਗੱਲਾਂ ਗੱਲਾਂ 'ਚ ਆਖਣ ਲੱਗੀ, ਕੁੜੇ ਸੀਬੋ ਆਪਣੇ ਵਰਗੀ ਕਿਸੇ ਸੁਹੁੰਦਰੀ ਕੁੜੀ ਦਾ ਰਿਸ਼ਤਾ ਮੇਰੇ ਸ਼ੇਰੇ ਲਈ ਵੀ ਲਿਆ, ਜੇ ਕੁਵੇਲੇ ਪ੍ਰਾਹੁਣੇ ਦੀ ਮੌਤ ਨਾ ਹੋਈ ਹੁੰਦੀ ਮੈਂ ਤਾਂ ਤੇਰਾ ਰਿਸ਼ਤਾ ਲੈ ਲੈਣਾ ਸੀ, ਚਲੋ ਉਹ ਜਾਣੇ, ਬਚਣਾ ਵੀ ਮੇਰੇ ਪੁੱਤੋਂ ਵਰਗਾ ਹੀ ਆ। ਲੈ ਅੰਮਾ, ਜੇ ਮੇਰੀ ਕੋਈ ਛੋਟੀ ਭੈਣ ਵੀ ਹੁੰਦੀ ਮੈਂ ਤਾਂ ਪੱਲਾ ਅੱਡ ਕੇ ਰਿਸ਼ਤਾ ਮੰਗ ਲਿਆਉਂਦੀ, ਪਰ ਕੀ ਕਰਾਂ ਮੇਰੀ ਤਾਂ ਭੈਣ ਹੀ ਕੋਈ ਨਹੀਂ, ਸੀਬੂ ਨੇ ਹੱਸ ਕੇ ਕਿਹਾ। ਕੁੜੇ ਆਂਢ ਗੁਆਂਢ 'ਚ ਜਾਂ ਸਾਕ ਸਕੀਰੀ 'ਚੋਂ ਕਿੱਧਰੋਂ ਤਾਂ ਕੋਈ ਚੱਜ ਦੀ ਕੁੜੀ ਹੋਊ, ਤੂੰ ਨਿਗ੍ਹਾ ਰੱਖੀ, ਮੇਰਾ ਸ਼ੇਰਾ ਵੀ ਸੁੱਖ ਨਾਲ ਬਚਨੇ ਵਰਗਾ ਉੱਚਾ ਲੰਮਾ ਜਵਾਨ ਹੈ, ਖੇਤੀ 'ਚੋਂ ਕੁਛ ਬਚਦਾ ਨਹੀਂ ਸੀ, ਜੋ ਵੱਡੇ ਇਸ ਪਿੰਡ ਦੇ ਸਾਰੇ ਲੋਕਾਂ ਕੋਲ ਹੀ ਥੋੜ੍ਹੀ ਥੋੜ੍ਹੀ ਜ਼ਮੀਨ ਹੈ, ਆਖਦੇ ਨੇ ਕਿ ਇਸ ਪਿੰਡ ਦੇ ਵਡਾਰੂ ਨੇ ਮੋੜੀ ਗੱਡ ਕੇ ਜਦੋਂ ਆਲੇ ਦੁਆਲੇ ਘੋੜਾ ਫੇਰਿਆ ਤਾਂ ਕਹਿੰਦੇ ਨੇ ਕਿ ਉਹਨੂੰ ਤਾਪ ਚੜਿਆ ਹੋਇਆ ਸੀ, ਇਸ ਲਈ ਦੂਰ ਦੂਰ ਘੋੜੇ ਨੂੰ ਭਜਾ ਕੇ ਨਾ ਲਿਜਾ ਸਕਿਆ, ਜਿੰਨੀ ਜ਼ਮੀਨ ਆਥਣ ਤੱਕ ਬਗਲੀ ਗਈ ਉਨੀ ਕਰਿਆ ਗਈ। ਬਿਸ਼ਨੀ ਨੇ ਜਦੋਂ ਕਿਹਾ ਤਾਂ ਸੀਬੋ ਨੂੰ ਖਿਆਲ ਆਇਆ ਕਿ ਸਾਡੇ ਹਿੱਸੇ ਵੀ ਤਾਂ 2 ਕਿੱਲੇ ਹੀ ਆਉਣੇ ਨੇ, 2 ਕਿੱਲੇ ਦੀ ਕਾਹਦੀ ਖੇਤੀ ਹੁੰਦੀ ਹੈ, ਤਾਂ ਹੀ ਉਹ ਆਖਦਾ ਸੀ ਕਿ ਜ਼ਮੀਨ ਬਟਾਈ 'ਤੇ ਦੇ ਕੇ ਮੈਂ ਫੌਜ 'ਚ ਭਰਤੀ ਹੋ ਜਾਵਾਂ ਤਾਂ ਗੁਜ਼ਾਰਾ ਸੋਹਣਾ ਹੋ ਜਾਇਆ ਕਰੂੰ। ਉਸ ਵੇਲੇ ਮੈਂ ਕਿਹਾ ਸੀ ਸਾਡੇ ਜੋਗੀ ਬਥੇਰੀ ਜ਼ਮੀਨ ਹੈ, ਸਾਡੇ ਇੱਥੇ ਕਿਹੜੇ ਜਵਾਕ ਰੋਂਦੇ ਨੇ ਵੀ ਔਖ ਹੋਊਗੀ। ਉਸ ਵੇਲੇ ਬਚਨੇ ਨੇ ਕਿਹਾ ਸੀ ਕਿ ਅਜੇ ਨਾ ਸਹੀ, ਕਦੇ ਤਾਂ ਜਵਾਕ ਹੋਣਗੇ ਇੱਥੇ। ਚਾਹ ਦਾ ਗਲਾਸ ਖਾਲੀ ਕਰਕੇ ਸੀਬੋ ਨੂੰ ਫੜਾਉਂਦੀ ਹੋਈ ਅੰਮਾ ਬਿਸ਼ਨੀ ਘਰ ਜਾਣ ਨੂੰ ਮੰਜੇ ਤੋਂ ਉੱਠ ਖੜੀ ਹੋਈ ਅਤੇ ਉਹਦੇ ਸਾਰੇ ਘਰ ਵੱਲ ਵੇਖ ਕੇ ਆਖਣ ਲੱਗੇ, ਕੁੜੇ ਸੀਬੋ ਜਿਉਂਦੇ ਵੱਸਦੇ ਰਹੋ, ਤੇਰੇ ਤਾਂ ਹੱਥ ਡੱਬੀ 'ਚ ਪਾ ਕੇ ਰੱਖਣ ਵਾਲੇ ਨੇ। ਸੀਬੋ ਨੇ ਹੱਸ ਕੇ ਉਹਦੇ ਜਾਂਦੀ ਦੇ ਪੈਰੀਂ ਹੱਥ ਲਾਏ ਅਤੇ ਉਹਦੇ ਜਾਣ ਮਗਰੋਂ ਵਿਹੜੇ ਦਾ ਅੰਦਰੋਂ ਕੁੰਡਾ ਅੜਾ ਲਿਆ। ਜਦੋਂ ਹਾਲੇ ਬਿਸ਼ਨੀ ਬੁੜੀ ਗਲੀ 'ਚੋਂ ਦੀ ਲੰਘ ਹੀ ਰਹੀ ਸੀ ਤਾਂ ਬਖਤੌਰਾ ਬੁੜਾ ਬਿਸ਼ਨੀ ਵੱਲ ਝਾਕ ਕੇ ਪੁੱਛਣ ਲੱਗਿਆ ਕਿ ਤੂੰ ਮਰਨਾ ਕਦੋਂ ਆ ਬਿਸ਼ਨ ਕੁਰੇ? ਅੰਮਾ ਬਿਸ਼ਨੀ ਤਿਉੜੀਆਂ ਪਾ ਕੇ ਉਸ ਵੱਲ ਝਾਕੀ ਅਤੇ ਬੋਲੀ, ਆ ਤੂੰ ਮੇਰਾ ਪਿਓ ਲੱਗਦਾ ਹੈ। ਬਿਸ਼ਨ ਕੁਰੇ ਆਖਣ ਨੂੰ ਸਾਰਾ ਬੀਹੀ ਵਿਹੜਾ ਜੇ ਅੰਮਾ ਆਖਦਾ ਹੈ ਤੇਰਾ ਕੀ ਮੂੰਹ ਟੁੱਟਦਾ ਹੈ? ਅੰਮਾ ਬਿਸ਼ਨੀ ਆਖ ਦੇਦਾ, ਪੁੱਛਦਾ ਕਦੋਂ ਮਰੇਂਗੀ? ਨਰਕਾਂ ਜਾਣਿਆ ਪਹਿਲਾਂ ਤੂੰ ਮਰੇਂਗਾ ਜਿਹੜਾ ਗਰੀਬਾਂ ਨੂੰ ਲੁੱਟਦਾ। ਮੈਂ ਕਿਹਨੂੰ ਲੁੱਟਦਾ? ਲੋਕ ਘਰ ਆ ਕੇ ਹੱਥ ਜੋੜ ਕੇ ਵਿਆਜੂ ਪੈਸੇ ਲਿਜਾਂਦੇ ਨੇ, ਇਹ ਥੋੜ੍ਹਾ ਕਿ ਅਗਲਿਆਂ ਦਾ ਕੰਮ ਸਾਰ ਦਿੰਦਾ। ਸੱਪ ਬਣੇਗਾ ਅਤੇ ਆਪਣੀ ਮਾਇਆ 'ਤੇ ਕੁੰਡਲੀ ਮਾਰ ਕੇ ਬੈਠੇਗਾ, ਦੇਖ ਲਈ ਜੇ ਨਾ ਨਰਕਾਂ ਨੂੰ ਗਿਆ। ਅੰਮਾ ਉਹਨੂੰ ਖਰੀਆਂ ਖਰੀਆਂ ਸੁਣਾ ਰਹੀ ਸੀ। ਅਤੇ ਮੈਂ ਜਦੋਂ ਨਰਕਾਂ 'ਚ ਗਿਆ ਗਾਹ ਤੂੰ ਵੀ ਬੈਠੀ ਹੋਏਂਗੀ ਉੱਥੇ ਹੀ, ਆਖਦਾ ਬਖਤੌਰਾ ਬੁੜਾ ਮੋੜ ਮੁੜ ਗਿਆ। ਅੰਮਾ ਬਿਸ਼ਨੀ ਬੁੜ ਬੁੜ ਕਰਦੀ ਅੱਗੇ ਲੰਘ ਆਈ। 2 ਕੁ ਮਹੀਨੇ ਮਗਰੋਂ ਸ਼ੇਰੂ ਛੁੱਟੀ 'ਤੇ ਆ ਗਿਆ, ਉਹ ਖਾਸੇ ਪੈਸੇ ਜਮ੍ਹਾਂ ਕਰਕੇ ਲਿਆਇਆ ਸੀ ਅਤੇ ਅੰਮਾ ਬਿਸ਼ਨੀ ਉਹਨੂੰ ਆਖਦੀ ਸੀ ਕਿ ਆਪਾਂ 1 ਕਿੱਲਾ ਜ਼ਮੀਨ ਬੈ ਲੈ ਲੈਂਦੇ ਹਾਂ।
ਅੰਮਾ ਬਿਸ਼ਨੀ ਸ਼ੇਰੂ ਨੂੰ ਸੀਬੋ ਦੇ ਘਰ ਵੀ ਲੈ ਆਈ। ਉਹ ਚਾਹੁੰਦੀ ਸੀ ਸੀਬੋ ਉਹਨੂੰ ਵੇਖ ਲਵੇ ਅਤੇ ਮਗਰੋਂ ਉਹਦੇ ਰਿਸ਼ਤੇ ਲਈ ਗੌਰ ਰੱਖੇ। ਪਰ ਸ਼ੇਰੂ ਬਚਨੇ ਨੂੰ ਮਿਲ ਕੇ ਫੌਜ ਬਾਰੇ ਗੱਲਾਂ ਕਰਦਾ ਰਿਹਾ। ਉਹਨੇ ਦੱਸਿਆ ਕਿ ਲੜਾਈ ਤਾਂ ਕਦੇ ਕਦੇ ਲੱਗਦੀ ਹੈ, ਬਾਕੀ ਵੇਲੇ ਬੰਦੇ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਪਰੇਡਾਂ ਕਰਾਈਆਂ ਜਾਂਦੀਆਂ ਨੇ। ਚੰਗਾ ਖਾਣ ਪੀਣ ਨੂੰ ਮਿਲਦਾ, ਹਫ਼ਤੇ 'ਚ ਇੱਕ ਅੱਧੀ ਵਾਰੀ ਪਊਆ ਰੰਮ ਦਾ ਵੀ ਪੀਣ ਨੂੰ ਮਿਲ ਜਾਂਦਾ, ਕਿਸੇ ਚੀਜ਼ ਦਾ ਵੀ ਪੈਸਾ ਨਹੀਂ ਦੇਣਾ ਪੈਂਦਾ, ਖਾਣਾ ਪੀਣਾ ਵਰਦੀਆਂ ਸਭ ਮੁਫ਼ਤ। ਉਹਦੀਆਂ ਗੱਲਾਂ ਸੁਣ ਕੇ ਬਚਨੇ ਦਾ ਮਨ ਵੀ ਫੌਜ 'ਚ ਜਾਣ ਲਈ ਤਿਆਰ ਹੋ ਰਿਹਾ ਸੀ। ਰਹਿੰਦੀ ਕਸਰ ਬਚਨੇ ਦੀ ਭੈਣ ਸੀਤੋ ਦੇ ਘਰ ਵਾਲੇ ਨੇ ਪੂਰੀ ਕਰਤੀ। ਛੁੱਟੀ ਆਇਆ ਉਹ ਬਚਨੇ ਨੂੰ ਭਰਤੀ ਕਰਾਉਣ ਲਈ ਨਾਲ ਹੀ ਲੈ ਗਿਆ। ਜਦੋਂ ਬਚਨਾ ਜਾਣ ਲੱਗਿਆ ਤਾਂ ਸੀਬੋ ਰੋ ਪਈ ਕਿ ਮੈਂ ਇਕੱਲੀ ਕੀ ਕਰਿਆ ਕਰਾਂਗੀ। ਇਹ ਸੁਣ ਕੇ ਜੈਕੁਰ ਨੇ ਆਖਿਆ ਕਿ ਗੁਲਜ਼ਾਰੇ ਨੂੰ ਤੂੰ ਆਪਣੇ ਕੋਲ ਰੱਖ ਲਈ, ਲਵੇਰੀ ਮੱਝ ਤੁਹਾਡੇ ਕਿੱਲੇ 'ਤੇ ਖੜ੍ਹੀ ਹੈ, ਨਿਆਈ 'ਚੋਂ ਹਰਾ ਚਾਰਾ ਵੱਢ ਲਿਆਂਦਾ ਅਤੇ ਮੌਜਾਂ ਨਾਲ ਘਿਓ ਅਤੇ ਦੁੱਧ ਵਰਤਿਓ। ਕਦੇ 10-20 ਦਿਨ ਤੇਰੀ ਮਾਂ ਤੇਰੇ ਕੋਲ ਆ ਕੇ ਰਹਿ ਜਾਇਆ ਕਰੂ। ਹੁਣ ਜਾਂਢ ਗੁਆਂਢ ਬਥੇਰਾ ਚੰਗਾ। ਜਾਣ ਤੋਂ ਪਹਿਲਾਂ ਬਚਨਾ ਘਰੇ ਨਲਕਾ ਲਗਵਾ ਗਿਆ ਸੀ, ਹੁਣ ਸੀਬੋ ਨੂੰ ਪਾਣੀ ਭਰਨ ਲਈ ਖੂਹ 'ਤੇ ਜਾਣ ਦੀ ਲੋੜ ਨਹੀਂ ਸੀ। ਬਚਨਾ ਆ ਗਿਆ ਸੀ ਕਿ ਜਦੋਂ ਨੇੜੇ ਦੀ ਬਦਲੀ ਹੋ ਜਾਏਗੀ ਤਾਂ ਸਭ ਨੂੰ ਪੁੱਛ ਕੇ ਤੈਨੂੰ ਨਾਲ ਲੈ ਜਾਵਾਂਗਾ। ਬਚਨੇ ਦੇ ਜਾਣ ਮਗਰੋਂ ਸੱਚਮੁੱਚ 7-8 ਸਾਲਾਂ ਦਾ ਗੁਲਜ਼ਾਰਾ ਸੀਬੋ ਕੋਲ ਆ ਕੇ ਰਹਿਣ ਲੱਗਾ। ਆਥਣ ਸਵੇਰੇ ਸਾਧੂ ਵੀ ਪੁੱਛ ਜਾਂਦਾ ਕਿ ਅਖੇ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਸੀਬੋ ਘੁੰਡ 'ਚੋਂ ਆਖਦੀ ਕਿ ਨਹੀਂ ਜੀ, ਜੇ ਹੋਈ ਤਾਂ ਮੈਂ ਬੇਬੇ ਨੂੰ ਦੱਸ ਦਿਆਂਗੀ। ਬੇਬੇ ਤੋਂ ਮਤਲਬ ਜੈਕੁਰ ਤੋਂ ਸੀ। ਬਚਨੇ ਦੇ ਜਾਣ ਮਗਰੋਂ ਸੀਬੋ ਨੂੰ ਘਰ ਬੜਾ ਉਦਾਸ ਲੱਗਦਾ। ਉਹਨੂੰ ਕਈ ਵਾਰੀ ਲੋਕ ਗੀਤ ਯਾਦ ਆ ਜਾਂਦਾ, ਅਖੇ ਨੌਕਰ ਨੂੰ ਨਾ ਵਿਆਹੀ ਬਾਬਲਾ ਹਾਲੀ ਪੁੱਤ ਬਥੇਰੇ। ਉਹਨੂੰ ਲੱਗਦਾ ਕਿ ਚੰਗਾ ਹੁੰਦਾ ਬਚਨਾ ਨੌਕਰੀ 'ਤੇ ਨਾ ਗਿਆ ਹੁੰਦਾ, ਉਹ ਘਰੇ ਖੇਤੀ ਕਰ ਲੈਂਦਾ। ਦਿਨ ਭਰ ਕੰਮ ਕਰਨ ਮਗਰੋਂ ਆਥਣੇ ਘਰ ਤਾਂ ਆ ਜਾਂਦਾ। ਉਹ ਗੁਲਜ਼ਾਰੇ ਕਰਕੇ ਦੋਵੇਂ ਵੇਲੇ ਰੋਟੀ ਪਕਾਉਂਦੀ। ਜੇ ਗੁਲਜ਼ਾਰਾ ਆਪਣੇ ਬੇਬੇ ਕੰਨੀ ਗਿਆ ਹੁੰਦਾ ਤਾਂ ਉਹ ਰੋਟੀ ਹੀ ਨਾ ਪਕਾਉਂਦੀ। ਮਹੀਨੇ ਕੁ ਮਗਰੋਂ ਜਦੋਂ ਬਚਨੇ ਦੀ ਚਿੱਠੀ ਆਈ ਅਤੇ ਮਨੀ ਆਰਡਰ ਆਇਆ ਅਤੇ ਸਾਰੇ ਦੇ ਸਾਰੇ ਪੈਸੇ ਉਹਨੇ ਚੁੰਨੀ ਦੇ ਲੜ 'ਚ ਬੰਨ੍ਹ ਕੇ ਸੰਦੂਕ 'ਚ ਕੱਪੜਿਆਂ ਦੇ ਹੇਠਾਂ ਰੱਖ ਦਿੱਤੇ। ਸਾਧੂ ਜਦੋਂ ਵੀ ਪੁੱਛਣ ਜਾਂਦਾ ਉਹ ਘੁੰਡ ਕੱਢ ਕੇ ਪੈਰੀਂ ਹੱਥ ਤਾਂ ਲਾ ਦਿੰਦੀ ਪਰ ਬੈਠ ਜਾਣ ਨੂੰ ਨਾ ਆਖਦੀ। ਉੱਧਰ ਜੈਕੁਰ ਹਰ ਰੋਜ਼ ਪੁੱਛਦੀ ਕਿ ਸੀਬੋ ਕੰਨੀ ਗਿਆ ਸੀ। ਉਹ ਆਖਦਾ ਕਿ ਗਿਆ ਤਾਂ ਸੀ ਪਰ ਖੜਾ ਖੜਾ ਮੁੜ ਆਇਆ। ਧੰਨਵਾਦ। ਅੰਗ 3। ਇੱਕ ਦਿਨ ਅੰਮਾ ਬਿਸ਼ਨੀ ਦੇ ਬੀਹੀ ਦੇ ਸਿਰੇ 'ਤੇ ਘਰ ਵਾਲੀ ਰਲੀ ਨੂੰ ਖਰੀਆਂ ਖਰੀਆਂ ਸੁਣਾਈਆਂ। ਅਖੇ ਵੱਡਿਆਂ ਤਿੰਨਾਂ ਨੂੰ ਛੱਡ ਕੇ ਸਭ ਤੋਂ ਛੋਟੇ ਨੂੰ ਔਰਤ ਘਰ ਦੀ ਕੁੜੀ ਦਾ ਰਿਸ਼ਤਾ ਇਸ ਲਈ ਲੈ ਲਿਆ ਸੀ ਕਿ ਜ਼ਮੀਨ ਆਊਗੀ, ਕੱਲ੍ਹ ਨੂੰ ਅਗਲਿਆਂ ਨੇ ਕੁੜੀ ਤੋਰਨ ਦੀ ਥਾਂ ਮੁੰਡੇ ਨੂੰ ਉੱਥੇ ਰੱਖ ਲਿਆ, ਫਿਰ ਕੀ ਬਣੂੰਗਾ। ਮਗਰੋਂ ਖੇਤੀ 'ਚ ਹੱਥ ਵਟਾਉਣ ਲਈ ਦੂਜੇ ਤੀਜੇ ਨੂੰ ਵੀ ਲੈ ਜਾਣਗੇ। ਸਭ ਤੋਂ ਵੱਡਾ ਦੇਵ ਇੱਥੇ ਤੇਰੀ ਮਰੀ 'ਤੇ ਆਪ ਚੁੱਲ੍ਹੇ 'ਤੇ ਹੱਥ ਫੂਕਿਆ ਕਰੂ, ਤੂੰ ਤਾਂ ਸਮਝ ਮੁੰਡਿਆਂ ਨੂੰ ਉਜਾੜਤਾ ਇੱਥੋਂ, ਬਗਾਨੇ ਪਿੰਡ 'ਚ ਹੌਲੀ ਹੌਲੀ ਕਿਤੇ ਜਾ ਕੇ ਪੈਰ ਲੱਗਣਗੇ। ਤਾਂ ਹੀ ਕਹਿੰਦੇ ਨੇ ਤੀਵੀਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ। ਲੈਣਾ, ਜੇ ਤੇਰਾ ਘਰ ਵਾਲਾ ਜਿਉਂਦਾ ਹੁੰਦਾ ਉਹਨੇ ਕਦੇ ਵੀ ਇਹ ਗੱਲ ਨਹੀਂ ਸੀ ਹੋਣ ਦੇਣੀ। ਰਲੀ ਚੁੱਪ ਚਾਪ ਸੁਣਦੀ ਰਹੀ। ਅੰਮਾ ਬਿਸ਼ਨੀ ਗੱਲਾਂ ਤਾਂ ਸੱਚੀਆਂ ਕਰ ਰਹੀ ਸੀ ਪਰ ਇੱਥੇ ਕਾਹਦੇ ਸਿਰ 'ਤੇ ਉਹਨਾਂ ਨੂੰ ਬਿਠਾਈ ਰੱਖਦੀ। ਜ਼ਮੀਨ 'ਚੋਂ ਮਸਾਂ ਖਾਣ ਜੋਗੇ ਦਾਣੇ ਹੁੰਦੇ ਨੇ। ਲੋਕਾਂ ਕੰਨੀ ਝਾਕਦਿਆਂ ਅੱਖਾਂ ਥੱਕ ਗਈਆਂ। ਰਿਸ਼ਤੇ ਵਾਲਾ ਕੋਈ ਆ ਕੇ ਨਹੀਂ ਸੀ ਖੜਦਾ, ਜਿਹਨੇ ਧੀ ਦੇਣੀ ਆ ਉਹ ਕੁਛ ਵੇਖ ਕੇ ਹੀ ਜਾਏਗਾ। ਇਹ ਕੁਝ ਸੋਚਦੀ ਰਲੀ ਨੇ ਅੰਮਾ ਬਿਸ਼ਨੀ ਨੂੰ ਇੰਨਾ ਹੀ ਕਿਹਾ ਕਿ ਕਿਸੇ ਨੇ ਕੀ ਕਿਸੇ ਦੇ ਕੀ ਅਖਤਿਆਰ ਹੈ ਅੰਮਾ, ਇਹ ਤਾਂ ਸਭ ਦਾਣੇ ਪਾਣੀ ਦਾ ਖੇਲ ਹੈ, ਰੱਬ ਨੇ ਜੋ ਲਿਖ ਦਿੱਤਾ ਹਰ ਹੀਲੇ ਹੋ ਕੇ ਰਹਿਣਾ। ਆਹੋ, ਹਰੇਕ ਗੱਲ ਰੱਬ ਦੇ ਸਿਰ ਲਾ ਕੇ ਆਪ ਸੁਰਖਰੂ ਹੋ ਜਾਓ, ਆਖਦਿਆਂ ਬਿਸ਼ਨੀ ਬੁੜੀ ਬੁੜਬੁੜ ਕਰਦੀ ਚਲੀ ਗਈ। ਬਚਨੇ ਨੇ ਦੋ ਰੇੜੇ ਚੀਕਣੀ ਮਿੱਟੀ ਦੇ ਬਿਸ਼ਨੀ ਬੁੜੀ ਦੇ ਵਿਹੜੇ ਵਿੱਚ ਸੁੱਟ ਦਿੱਤੇ ਸੀ ਪਰ ਅਜੇ ਵੀ ਬਾਬਾ ਬੁਰਜ ਵਾਲਾ ਥੜਾ ਪਹਿਲਾਂ ਜਿੰਨਾ ਉੱਚਾ ਨਹੀਂ ਸੀ ਹੋਇਆ। ਬਚਨੇ ਦੇ ਫੌਜ 'ਚ ਚਲੇ ਜਾਣ ਮਗਰੋਂ ਬਿਸ਼ਨੀ ਬੁੜੀ ਨੇ ਸਾਰੀ ਬੀਹੀ ਦੇ ਲੋਕਾਂ ਨੂੰ ਆਖਿਆ ਕਿ ਭਲਕੇ ਹਰੇਕ ਘਰ ਨੇ 5-5 ਤਸਲੇ ਚੀਕਣੀ ਮਿੱਟੀ ਦੇ ਟੋਬੇ 'ਚੋਂ ਲਿਆ ਕੇ ਬਾਬੇ ਬੁਰਜ ਨੂੰ ਪੂਰਾ ਕਰਨਾ। ਅੰਮਾ ਬਿਸ਼ਨੀ ਦਾ ਕਹਿਣਾ ਮੋੜਨ ਦੀ ਕਿਸੇ 'ਚ ਹਿੰਮਤ ਨਹੀਂ ਸੀ। ਬੀਹੀ ਦੇ ਹਰੇਕ ਘਰ ਨੇ 5-5 ਤਸਲੇ ਚੀਕਣੀ ਮਿੱਟੀ ਦੇ ਲਿਆ ਕੇ ਅੰਮਾ ਬਿਸ਼ਨੀ ਦੇ ਵਿਹੜੇ 'ਚ ਢੇਰ ਲਾ ਦਿੱਤਾ। ਮਗਰੋਂ ਬਿਸ਼ਨੀ ਸੀਬੋ ਨੂੰ ਨਾਲ ਲੈ ਕੇ ਚਿਣ ਚਿਣ ਕੇ ਚੀਕਣੀ ਮਿੱਟੀ ਦੇ ਡਲੇ ਬੁਰਜ ਵਾਲੀ ਥਾਂ 'ਤੇ ਟਕਾ ਟਕਾ ਕੇ ਮੋਗਰੀ ਨਾਲ ਕੁੱਟ ਕੁੱਟ ਕੇ ਪੱਧਰ ਕਰਦੀ ਰਹੀ। ਪਹਿਲਾਂ ਜਿੰਨਾ ਉੱਚਾ ਥੜਾ ਬਣ ਗਿਆ ਉਹਦੇ ਉੱਪਰ ਤੌਲਾ ਮੁੱਦਾ ਮਾਰ ਕੇ ਆਲੇ ਦੁਆਲੇ ਇੱਟਾਂ ਚਿਣ ਕੇ ਉਹਨੂੰ ਤੂੜੀ ਵਾਲਾ ਹੀ ਮਿੱਟੀ ਨਾਲ ਲਿਪ ਕੇ ਉੱਪਰ ਬੁਰਜੀ ਬਣਾ ਦਿੱਤੀ। ਚਾਰੇ ਪਾਸਿਓਂ ਕੰਧਾਂ ਲਿਪ ਕੇ ਘਿਓ ਦਾ ਦੀਵਾ ਬਾਲ ਕੇ ਆਲੇ 'ਚ ਰੱਖ ਕੇ ਮੱਥਾ ਟੇਕ ਕੇ ਜਿਵੇਂ ਅੰਮਾ ਨੇ ਆਪਣੀ ਭੁੱਲ ਬਖਸ਼ਾਈ ਹੋਵੇ ਅਤੇ ਆਖਦੀ ਰਹੀ ਕਿ ਹਾੜੇ ਬਾਬਾ ਬੁਰਜ ਵਾਲਿਆ, ਮੇਰੀ ਖਤਾ ਮਾਫ਼ ਕਰ ਦੇ, ਮੇਰੇ ਆਰ ਪਰਿਵਾਰ ਅਤੇ ਬੀਹੀ ਵਿਹੜੇ 'ਚ ਸੁੱਖ ਸਾਂਦ ਰੱਖੇ। ਬਚਨੇ ਨੂੰ ਫੌਜ 'ਚ ਗਿਆ ਸਾਲ ਹੋ ਗਿਆ ਸੀ।
ਵਿੱਚੋਂ ਇੱਕ ਵਾਰੀ ਛੁੱਟੀ 'ਤੇ ਆਇਆ ਸੀ ਤਾਂ ਉਹ ਸਾਧੂ ਮਿਲਖਾ ਗੁਲਜ਼ਾਰੇ ਜੈ ਕੁਰਸੀ ਬੋਲੀ ਕਿੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਆਇਆ ਸੀ। ਉਹਨੇ ਛੁੱਟੀ ਆਏ ਤੋਂ ਮੋਟਰਸਾਈਕਲ ਵੀ ਖਰੀਦ ਲਿਆ ਸੀ ਜਿਸ ਉੱਪਰ ਸੀਬੋ ਨੂੰ ਮਗਰ ਬਿਠਾ ਕੇ ਉਹਦੇ ਪੇਕੀ ਉਹਨੂੰ ਮਿਲਾ ਕੇ ਲਿਆਇਆ ਸੀ। ਸੀਬੋ ਲਈ ਉਹ ਫੌਜੀ ਕੰਟੀਨ ਤੋਂ ਇੱਕ ਟਾਈਮ ਪੀਸ ਖਰੀਦ ਕੇ ਲਿਆਇਆ ਸੀ ਅਤੇ ਸੀਬੋ ਨੂੰ ਦੱਸਿਆ ਕਿ ਜਿੰਨੇ ਵਜੇ ਤੈਂ ਜਾਗਣਾ ਹੋਵੇ ਉਹ ਉਨੇ ਵਜੇ ਖੜ ਕੇ ਤੈਨੂੰ ਜਗਾ ਦਿਆ ਕਰੂਗਾ। ਇੱਕ ਛੋਟਾ ਜਿਹਾ ਰੇਡੀਓ ਵੀ ਲਿਆਇਆ ਸੀ ਜਿਸ 'ਤੇ ਦੁਨੀਆ ਜਹਾਨ ਦੀਆਂ ਖਬਰਾਂ ਸੁਣੀਆਂ ਜਾ ਸਕਦੀਆਂ ਸਨ। ਪਰ ਪਿੰਡ 'ਚ ਬਿਜਲੀ ਨਾ ਹੋਣ ਕਰਕੇ ਬਾਅਦ 'ਚ ਸੀਬੋ ਨੇ ਉਹਨੂੰ ਕੱਪੜੇ 'ਚ ਲਪੇਟ ਕੇ ਸੰਦੂਕ 'ਚ ਰੱਖ ਦਿੱਤਾ ਸੀ। ਫੌਜ ਵਿੱਚ ਜਾਣ ਨਾਲ ਬਚਣਾ ਅੱਗੇ ਨਾਲੋਂ ਸੋਹਣਾ ਹੋ ਗਿਆ ਸੀ। ਸੀਬੋ ਨੇ ਉਹਦੇ ਗੁੱਟ 'ਤੇ ਕਾਲੀ ਡੋਰੀ ਬੰਨ੍ਹਤੀ ਸੀ ਤਾਂ ਜੋ ਕਿਸੇ ਦੀ ਨਜ਼ਰ ਨਾ ਲੱਗੇ। ਜਿੰਨੇ ਦਿਨ ਉਹ ਰਿਹਾ ਸੀ ਵਿਆਹ ਵਰਗੇ ਦਿਨ ਲੰਘੇ ਸਨ। ਉਹ ਆਪਣੇ ਬਾਈ ਸਾਧੂ ਨੂੰ ਆਖਦਾ ਸੀ ਉੱਥੇ ਮੇਰਾ ਕੋਈ ਖਰਚ ਤਾਂ ਹੁੰਦਾ ਨਹੀਂ, ਪਤਾ ਰੱਖੋ ਜੇ ਆਪਣੇ ਨਾਲ ਲੱਗਦਾ ਕੋਈ ਖੇਤ ਸਸਤਾ ਮਿਲ ਜਾਏ। ਸਾਧੂ ਨੇ ਦੱਸਿਆ ਕਿ ਬਾਪੂ ਨੇ ਆਪਣਾ ਨਵੇਂ ਖੂਹ ਕੋਲ ਇੱਕ ਖੇਤ 2 ਕਿੱਲੇ ਦਾ ਗਹਿਣੇ ਪਾਇਆ ਹੋਇਆ, ਪਹਿਲਾਂ ਆਪਾਂ ਉਹ ਛਡਾਵਾਂਗੇ। ਇਹ ਸੁਣ ਕੇ ਜੈਕੁਰ ਖੁਸ਼ ਹੋ ਗਈ ਪਰ ਸੀਬੋ ਨੂੰ ਸੋਚ ਲੱਗ ਗਈ। ਉਹਨੂੰ ਲੱਗਿਆ ਸਾਂਝਾ ਖੇਤ ਅਸੀਂ ਕਿਉਂ ਛਡਾਈਏ। ਬਚਨੇ ਨੇ ਸੋਚ ਕੇ ਕਿਹਾ ਕਿ ਬਾਈ ਖੇਤ ਛਡਾਉਣ ਤੋਂ ਪਹਿਲਾਂ ਆਪਾਂ ਇੱਕ ਟਰੈਕਟਰ ਲੈ ਲੈਂਦੇ ਹਾਂ, ਬੈਂਕ ਦੀਆਂ ਕਿਸ਼ਤਾਂ ਮੈਂ ਦੇ ਦਿਆ ਕਰਾਂਗਾ, ਟਰੈਕਟਰ ਨਾਲ ਖੇਤੀ ਸੌਖੀ ਹੋ ਜਾਓ, ਨਾਲੇ ਉਹਨਾਂ ਲੋਕਾਂ ਦੇ ਖੇਤ ਵਾਹ ਕੇ ਜਿਹਨਾਂ ਕੋਲ ਆਪਣੇ ਟਰੈਕਟਰ ਨਹੀਂ ਆਪਣੀ ਕੁਝ ਕਮਾਈ ਵੀ ਹੋ ਜਾਇਆ ਕਰੋ। ਸਾਧੂ ਨੇ ਕਿਹਾ ਕਿ ਇਹ ਗੱਲ ਤੇਰੀ 16 ਨੇ ਠੀਕ ਹੈ। ਅਤੇ ਜਿਸ ਦਿਨ ਬਚਨੇ ਨੇ ਵਾਪਸ ਜਾਣਾ ਸੀ ਜੈਕੁਰ ਨੇ ਉਹਦੇ ਲਈ ਦੇਸੀ ਘਿਓ ਦੀ ਪੰਜੀਰੀ ਬਣਾਈ ਅਤੇ ਦੇ ਕੇ ਆਖਣ ਲੱਗੀ ਕਿ ਖਾ ਲਿਆ ਕਰੀ। ਪਰ ਬਚਨਾ ਲੈ ਕੇ ਨਹੀਂ ਗਿਆ, ਆਖਦਾ ਸੀ ਕਿ ਉੱਥੇ ਬਥੇਰਾ ਕੁਛ ਹੈ ਖਾਣ ਪੀਣ ਨੂੰ, ਨਾਲ ਸਾਡਾ ਸਾਹਿਬ ਆਪ ਰਾਸ਼ਨ 'ਚੋਂ ਕੁਛ ਨਹੀਂ ਲੈਂਦਾ, ਦੁੱਧ ਬਚ ਜਾਏ ਤਾਂ ਬਰਫੀ ਬਣਵਾ ਦਿੰਦਾ, ਰੰਮ ਵੀ ਵਿੱਚੋਂ ਨਹੀਂ ਵੇਚਦਾ, ਪੂਰੀ ਦਿੰਦਾ, ਨਾਲੇ ਕੰਟੀਨ ਤੋਂ ਸਾਰੀਆਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਨੇ। ਇਹ ਸੁਣ ਕੇ ਗੁਲਜ਼ਾਰੇ ਨੇ ਕਿਹਾ ਕਿ ਚਾਚਾ ਅਗਲੀ ਵਾਰੀ ਤੂੰ ਜਦੋਂ ਛੁੱਟੀ ਆਇਆ ਤਾਂ ਮੇਰੇ ਲਈ ਗੁੱਟ 'ਤੇ ਬੰਨ੍ਹਣ ਵਾਲੀ ਘੜੀ ਲੈ ਕੇ ਆਈ। ਠੀਕ ਹੈ, ਮੈਂ ਤੇਰੇ 'ਤੇ ਮਿਲ ਕੇ ਦੋਵਾਂ ਲਈ ਲਿਆਵਾਂਗਾ, ਬਚਨੇ ਨੇ ਕਿਹਾ। ਉੱਥੇ ਅੱਖਾਂ 'ਚ ਪਾਉਣ ਵਾਲੀ ਕੋਈ ਦਵਾਈ ਮਿਲਦੀ ਹੋਊ, ਮੈਨੂੰ ਕੋਈ ਝੋਲਾ ਝੋਲਾ ਦਿਸਣ ਲੱਗ ਪੈਂਦਾ, ਜੈਕੁਰ ਨੇ ਕਿਹਾ। ਤੂੰ ਪਹਿਲਾਂ ਦੱਸਣਾ ਸੀ ਭਾਬੀ, ਮੈਂ ਇੱਥੇ ਡਾਕਟਰ ਨੂੰ ਦਿਖਾ ਲਿਆਉਂਦਾ। ਬਾਈ ਨੂੰ ਆਖੀਓ ਤੇਰੀਆਂ ਅੱਖਾਂ ਸਰਕਾਰੀ ਹਸਪਤਾਲ 'ਚ ਦਿਖਾ ਕੇ ਲਿਆਵੇ, ਬਚਨੇ ਨੇ ਕਿਹਾ। ਚੱਲ ਜਦ ਤੂੰ ਫਿਰ ਛੁੱਟੀ ਆਇਆ ਤਾਂ ਦਿਖਾ ਲਿਆਈ, ਤੇਰੇ ਬਾਈ ਨੂੰ ਕਿੱਥੇ ਵਿਹਲ ਅਜਿਹੇ ਕੰਮਾਂ ਲਈ, ਜੈਕੁਰ ਨੇ ਕਿਹਾ। ਬਚਨੇ ਦੇ ਜਾਣ ਵੇਲੇ ਸੀਬੋ ਨੂੰ ਮੱਲੋ ਮੱਲੀ ਰੋਣਾ ਆ ਗਿਆ। ਬਚਨੇ ਨੇ ਸਮਝਾਇਆ ਕਿ ਕਸ਼ਮੀਰ ਕਿਹੜਾ ਬਹੁਤੀ ਦੂਰ ਹੈ, 2 ਦਿਨ 'ਚ ਬੰਦਾ ਉੱਥੇ ਪਹੁੰਚ ਜਾਂਦਾ, ਇੱਥੋਂ ਗੱਡੀ ਚੜ੍ਹੋ ਪਠਾਨਕੋਟ, ਪਠਾਨਕੋਟ ਤੋਂ ਸਾਡੀਆਂ ਗੱਡੀਆਂ ਜੰਮੂ ਸ਼੍ਰੀਨਗਰ ਸਾਰੀਆਂ ਥਾਵਾਂ 'ਤੇ ਲੈ ਜਾਂਦੀਆਂ ਨੇ। ਸਾਧੂ ਬਚਨੇ ਨੂੰ ਗੱਡੀ 'ਤੇ ਚੜ੍ਹਾ ਕੇ ਆਇਆ ਸੀ। ਸਾਧੂ ਨੇ ਬਚਨੇ ਨੂੰ ਤਾਕੀਦ ਕੀਤੀ, ਚਿੱਠੀ ਛੇਤੀ ਦੇ ਕੇ ਪਾ ਦਿਆ ਕਰੀ, ਬਾਕੀ ਤੂੰ ਸੀਬੋ ਦੀ ਚਿੰਤਾ ਨਾ ਕਰੀ, ਮੇਰੇ ਲਈ ਸੀਬੋ ਵੀ ਸੀਤੋ ਵਰਗੀ ਆ। ਧੰਨਵਾਦ। ਅੰਗ 4 ਬਚਨੀ ਇੱਕ ਦਿਨ ਜਦੋਂ ਗਊ ਦੀ ਧਾਰ ਕੱਢ ਰਹੀ ਸੀ ਉਦੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਲਾਲ ਸਿੰਘ ਨੇ ਰੋਟੀ ਖਾਂਦੇ ਖਾਂਦੇ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਾਹਰ ਸਿਪਾਹੀ ਖੜ੍ਹੇ ਸਨ। ਲਾਲ ਸਿੰਘ ਦਾ ਘਰ ਇਹੀ ਹੈ, ਇੱਕ ਸਿਪਾਹੀ ਨੇ ਪੁੱਛਿਆ। ਆਹੋ ਜੀ। ਇਹ ਸੁਣ ਕੇ ਉਹ ਖੜੱਪ ਖੜੱਪ ਕਰਦੇ ਅੰਦਰ ਲੰਘ ਗਏ। ਉਹ ਕਹਿਣ ਲੱਗੇ, ਸਾਨੂੰ ਖਬਰ ਮਿਲੀ ਹੈ ਕਿ ਬਈ ਤੁਸੀਂ ਆਪਣੇ ਘਰ ਮੁਸਲਮਾਨਾਂ ਦੀ ਕੁੜੀ ਰੱਖੀ ਹੋਈ ਹੈ। ਨਹੀਂ ਨਹੀਂ, ਮੁਸਲਮਾਨਾਂ ਦੀ ਕੋਈ ਕੁੜੀ ਨਹੀਂ ਰੱਖੀ ਹੋਈ, ਲਾਲ ਸਿੰਘ ਨੇ ਘਬਰਾ ਕੇ ਕਿਹਾ। ਬਚਨੀ ਅੱਧ ਵਿਚਾਲੇ ਉੱਠ ਕੇ ਗਊ ਦੇ ਹੇਠਾਂ ਵਾਲੀ ਬਾਲਟੀ ਪਰਾਂ ਕਰਦੀ ਹੋਈ ਬੋਲੀ, ਨਾ ਅਸੀਂ ਤਾਂ ਕੋਈ ਕੁੜੀ ਨਹੀਂ ਰੱਖੀ ਹੋਈ, ਐਵੇਂ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੋਣਾ। ਇੱਕ ਸਿਪਾਹੀ ਕਹਿਣ ਲੱਗਾ, ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਉਹਨਾਂ ਨੇ ਦੇਖਿਆ ਕਿ ਚੁੱਲ੍ਹੇ 'ਤੇ ਕੋਈ ਕੁੜੀ ਰੋਟੀ ਪਕਾ ਰਹੀ ਸੀ। ਇਹ ਦੇਖ ਕੇ ਪੁੱਛਣ ਲੱਗੇ, ਉਹ ਕੌਣ ਹੈ ਜੋ ਰੋਟੀ ਪਕਾ ਰਹੀ ਹੈ? ਬਚਨੀ ਇਕਦਮ ਬੋਲੀ, ਇਹ ਮੇਰੀ ਨੂੰਹ ਹੈ, ਲਾਲ ਸਿੰਘ ਦੀ ਬਹੂ। ਫਿਰ ਬਚਨੀ ਨੂੰ ਪਤਾ ਨਹੀਂ ਕੀ ਸੁੱਝੀ ਕਿ ਫਟਾਫਟ ਅੰਦਰ ਜਾ ਕੇ ਸੰਦੂਕ ਖੋਲ੍ਹ ਕੇ ਵਿੱਚੋਂ ਬੜੇ ਚਿਰਾਂ ਦਾ ਸਾਂਭ ਸਾਂਭ ਕੇ ਰੱਖਿਆ ਹੋਇਆ 100 ਦਾ ਨੋਟ ਕੱਢ ਲਿਆਈ। ਇੱਕ ਸਿਪਾਹੀ ਨੂੰ ਉਹ ਦਿੰਦੀ ਹੋਈ ਕਹਿਣ ਲੱਗੀ ਕਿ ਤੁਸੀਂ ਚਾਹ ਪੀਓ ਸ਼ੇਰੋ, ਤੁਹਾਨੂੰ ਕਿਸੇ ਨੇ ਗਲਤ ਦੱਸਿਆ। ਨੋਟ ਨੂੰ ਜੇਬ 'ਚ ਪਾਉਂਦਿਆਂ ਸਿਪਾਹੀ ਨੇ ਦੂਜੇ ਨੂੰ ਕਿਹਾ, ਅੱਜ ਆਪਾਂ ਚੱਲਦੇ ਹਾਂ, ਫਿਰ ਆ ਕੇ ਪਤਾ ਕਰਾਂਗੇ। ਆਖ ਕੇ ਉਹ ਬਾਹਰ ਚਲੇ ਗਏ। ਬਚਨੀ ਬਹੁਤ ਹੀ ਡਰ ਗਈ ਸੀ। ਉਹਨੇ ਸੁਣਿਆ ਹੋਇਆ ਸੀ ਕਿ ਅੱਜ 20-25 ਸਾਲਾਂ ਮਗਰੋਂ ਵੀ ਪਤਾ ਲੱਗਣ 'ਤੇ ਮੁਸਲਮਾਨਾਂ ਦੀਆਂ ਜਨਾਨੀਆਂ ਨੂੰ ਇੱਧਰੋਂ ਲੱਭ ਲੱਭ ਕੇ ਪਾਕਿਸਤਾਨ ਭੇਜਿਆ ਜਾ ਰਿਹਾ ਅਤੇ ਇਹਦੇ ਬਦਲੇ ਉੱਧਰੋਂ ਜਨਾਨੀਆਂ ਮੰਗਵਾਈਆਂ ਜਾ ਰਹੀਆਂ ਨੇ। ਬਚਨੀ ਨੇ ਮੂੰਹ ਨੇਰੇ ਹੀ ਲਾਲ ਸਿੰਘ ਨੂੰ ਕਿਹਾ ਕਿ ਕਰਤਾਰੀ ਨੂੰ ਮੇਰੇ ਪੇਕੇ ਛੱਡਿਆ, ਨਾਲੇ ਉਹਨਾਂ ਨੂੰ ਕਹੀ ਕਿ ਇਸ ਬਾਰੇ ਕਿਸੇ ਨੂੰ ਗੱਲ ਨਾ ਕਰਨ ਅਤੇ ਨਾ ਹੀ ਉਹ ਬਾਹਰ ਅੰਦਰ ਜਾਵੇ। ਪਰ 3rd-4th ਦਿਨ ਪੁਲਿਸ ਦੀ ਜੀਪ ਭਰ ਕੇ ਬਚਨੀ ਦੇ ਘਰ ਆ ਗਈ। ਪਿੰਡ ਦਾ ਲੰਬੜਦਾਰ ਵੀ ਨਾਲ ਸੀ। ਉਹਨਾਂ ਨੇ ਕਈ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਕਰਤਾਰੀ ਬਾਰੇ ਪੁੱਛਿਆ ਕਿ ਉਹ ਕਿੱਥੇ ਹੈ।
ਜਦੋਂ ਦੋਵੇਂ ਕੁਛ ਨਾ ਦੱਸ ਸਕੇ ਤਾਂ ਲਾਲ ਸਿੰਘ ਨੂੰ ਉਹ ਫੜ ਕੇ ਥਾਣੇ ਲੈ ਗਏ। ਬਚਨੀ ਨੇ ਬਥੇਰੇ ਹੱਥ ਜੋੜੇ, ਮਿੰਨਤਾਂ ਕੀਤੀਆਂ, ਇਹ ਵੀ ਦੱਸਿਆ ਵੀ ਉਹ ਕੁੜੀ ਮੈਨੂੰ ਖੇਤ 'ਚੋਂ ਥਿਆਈ ਸੀ, ਮੈਨੂੰ ਨਹੀਂ ਪਤਾ ਉਹ ਕੁੜੀ ਕਿਹਨਾਂ ਦੀ ਹੈ। ਦੋ ਦਿਨ ਉਹਨਾਂ ਨੇ ਥਾਣੇ 'ਚ ਲਾਲ ਸਿੰਘ ਨੂੰ ਬਹੁਤ ਕੁੱਟਿਆ ਤਾਂ ਉਹਨੇ ਦੱਸਿਆ ਕਿ ਕਰਤਾਰੀ ਮੇਰੇ ਨਾਨਕੀ ਹੈ। ਪੁਲਿਸ ਉੱਥੇ ਵੀ ਜਾ ਪਹੁੰਚੀ। ਅੱਗੋਂ ਉਹਨਾਂ ਨੇ ਦੱਸਿਆ ਕਿ ਕੱਲ੍ਹ ਆਥਣੇ ਆਪਣੇ ਪਿੰਡ ਲੈ ਗਈ ਹੈ ਬਚਣੀ। ਦਿਨ ਚੜ੍ਹਦੇ ਨੂੰ ਪੁਲਿਸ ਵਾਲੇ ਲਾਲ ਸਿੰਘ ਨੂੰ ਲੈ ਕੇ ਪਿੰਡ ਆ ਪਹੁੰਚੇ। ਉਹਨਾਂ ਨੇ ਲਾਲ ਸਿੰਘ ਨੂੰ ਛੱਡ ਦਿੱਤਾ ਅਤੇ ਕਰਤਾਰੀ ਨੂੰ ਕਹਿਣ ਲੱਗੇ ਕਿ ਤੈਨੂੰ ਪਾਕਿਸਤਾਨ ਭੇਜਣਾ। ਉਹ ਰੋਣ ਲੱਗ ਪਈ ਅਤੇ ਭੱਜ ਕੇ ਬਚਣੀ ਨੂੰ ਚਿੰਬੜ ਗਈ। ਕਹਿਣ ਲੱਗੀ ਵੀ ਬੇਬੇ ਮੈਂ ਕਿਤੇ ਨਹੀਂ ਜਾਣਾ। ਬਚਣੀ ਵੀ ਰੋ ਰਹੀ ਸੀ। ਫਿਰ ਕਰਤਾਰੀ ਭੱਜ ਕੇ ਅੰਦਰ ਵੜ ਗਈ। ਪਿਛਲੀ ਕੋਠੜੀ 'ਚ ਜਾ ਕੇ ਥੰਮਲੇ ਦੇ ਓਹਲੇ ਜਾ ਲੁਕੀ, ਪਰ ਪੁਲਿਸ ਵਾਲਿਆਂ ਨੇ ਉਹਨੂੰ ਉੱਥੋਂ ਵੀ ਲੱਭ ਲਿਆ। ਉੱਚੀ ਉੱਚੀ ਰੋ ਰਹੀ ਸੀ, ਸਭ ਦੇ ਹੱਥ ਜੋੜ ਰਹੀ ਸੀ। ਹੌਲਦਾਰ ਨੇ ਕਰਤਾਰੀ ਦੇ ਮੋਢੇ 'ਤੇ ਡੰਡਾ ਰੱਖ ਦਹਾੜ ਕੇ ਕਿਹਾ, ਚੁੱਪ ਕਰ ਲੜਕੀ, ਤੁਮੇ ਆਪਣੇ ਲੋਕੋਂ ਕੇ ਪਾਸ ਭੇਜ ਰਹੇ ਹੈ। ਮੈਂ ਨਹੀਂ ਜਾਣਾ, ਉਹ ਰੋਂਦੀ ਰੋਂਦੀ ਕਹਿਣ ਲੱਗੀ। ਜਾਣਾ ਕੈਸੇ ਨਹੀਂ, ਇਹ ਸਰਕਾਰੀ ਹੁਕਮ ਹੈ। ਇਹ ਕਹਿ ਕੇ ਇੱਕ ਲੇਡੀ ਪੁਲਿਸ ਨੇ ਉਹਨੂੰ ਬਾਹੋਂ ਫੜ ਕੇ ਗੱਡੀ ਵੱਲ ਖਿੱਚਿਆ। ਜਦੋਂ ਕਰਤਾਰੀ ਹੱਥ ਛਡਾਉਣ ਲੱਗੀ ਤਾਂ ਲੇਡੀ ਪੁਲਿਸ ਨੇ ਉਹਦੇ ਕਸਕੇ 'ਚ ਪੇੜ ਮਾਰੀ ਅਤੇ ਜੀਪ 'ਚ ਬਿਠਾ ਲਿਆ। ਪੁਲਿਸ ਵਾਲੇ ਉਹਨੂੰ ਨਾਲ ਲੈ ਗਏ। ਬਚਨੀ ਰੋਂਦੀ ਹੋਈ ਭੁੰਜੇ ਬੈਠ ਗਈ। ਬੀਹੀ ਵਿਹੜਾ ਪਹਿਲਾਂ ਹੀ ਇਕੱਠਾ ਹੋ ਚੁੱਕਿਆ ਸੀ। ਸਭ ਸੋਚ ਰਹੇ ਸਨ ਕਿ ਇਹਦੀ ਸ਼ਿਕਾਇਤ ਕਿਹਨੇ ਕੀਤੀ ਹੋਣੀ ਆ ਥਾਣੇ ਵਿੱਚ। ਅੰਮਾ ਬਿਸ਼ਨੀ ਬੋਲੀ, ਇਹ ਤਾਂ ਲੰਬੜਦਾਰ ਦੀ ਜੜ ਪੱਟੀ ਗਈ ਹੈ, ਹੋਰ ਕੌਣ ਹੈ ਸੂਹ ਦੇਣ ਵਾਲਾ। ਹੇ ਬਾਬਾ ਬੁਰਜ ਵਾਲਿਆ, ਲੰਬੜਦਾਰ ਨੇ ਉਹਦੀ ਕਰਨੀ ਦਾ ਫਲ ਜ਼ਰੂਰ ਦੇਈ। ਜੋ ਆਕੜੀ ਰੋਂਦੀ ਕਿਹੜਾ ਦੇਖੀ ਜਾਂਦੀ ਸੀ, ਮੌਤ ਪਵੇ ਨਾ ਪੁਲਿਸ ਵਾਲਿਆਂ ਨੂੰ, ਤੂੰ ਕਾਹਨੂੰ ਰੋਂਦੀ ਹੈ ਬਚਨੀ। ਉਹਦਾ ਦਾਣਾ ਪਾਣੀ ਤੇਰੇ ਘਰ ਇੰਨਾ ਹੀ ਲਿਖਿਆ ਸੀ, ਤੂੰ ਤਕੜੀ ਹੋ, ਮੁੰਡੇ ਨੂੰ ਦਿਲਾਸਾ ਦੇ। ਉਹ ਕਿਹੜਾ ਜਾਣਾ ਚਾਹੁੰਦੀ ਸੀ ਵਿਚਾਰੀ। ਕੁਛ ਚਿਰ ਬਾਅਦ ਲੋਕ ਆਪਣੇ ਆਪਣੇ ਕੰਮ ਧੰਦੇ ਲੱਗ ਗਏ, ਪਰ ਬਚਨੀ ਦੇ ਘਰ ਸੋਗ ਵਰਤ ਗਿਆ। ਨਾ ਬਚਨੀ ਨੇ ਰੋਟੀ ਲਾਹੀ ਅਤੇ ਨਾ ਲਾਲ ਸਿੰਘ ਨੇ ਕੁਛ ਖਾਧਾ। ਕਿੱਲੇ 'ਤੇ ਖੜ੍ਹੀ ਗਊ ਵੀ ਵੱਛੇ ਵੱਲ ਦੇਖ ਦੇਖ ਤਰਲੋ ਮੱਛੀ ਹੋ ਰਹੀ ਸੀ। ਬਚਨੀ ਨੇ ਉੱਠ ਕੇ ਵੱਛਾ ਖੋਲ੍ਹ ਦਿੱਤਾ, ਧਾਰਨੀ ਕੱਢੀ, ਵੱਛੇ ਨੂੰ ਹੀ ਸਾਰਾ ਦੁੱਧ ਚੁੰਘਣ ਦਿੱਤਾ। ਅਗਲੇ ਦਿਨ ਹੀ ਬਚਨੀ ਨੇ ਲਾਲ ਸਿਉਂ ਲਈ ਚਾਹ ਰੋਟੀ ਬਣਾਈ, ਪਰ ਨਾ ਆਪ ਖਾਧਾ ਕੁਛ। ਲਾਲ ਸਿਉਂ ਦਾਤੀ ਅਤੇ ਲੀੜਾ ਲੈ ਕੇ ਗਊ ਲਈ ਪੱਠੇ ਲੈਣ ਲਈ ਬਾਹਰ ਵੱਲ ਨੂੰ ਚਲਾ ਗਿਆ। ਬਚਨੀ ਉਸੇ ਤਰ੍ਹਾਂ ਭੁੱਖੀ ਭਾਣੀ ਕਰਤਾਰੀ ਦੀਆਂ ਚੀਜ਼ਾਂ ਨੂੰ ਹੱਥ ਲਾ ਲਾ ਕੇ ਦੇਖਦੀ ਅਤੇ ਰੋਂਦੀ ਰਹੀ। ਫਿਰ ਉਹ ਲੰਬੜਦਾਰ ਦੇ ਘਰ ਵੱਲ ਤੁਰ ਪਈ। ਲੰਬੜਦਾਰ ਉਹਨੂੰ ਰਾਹ 'ਚ ਹੀ ਮਿਲ ਗਿਆ। ਮਿੱਤ ਸਿਆਂ, ਇਹ ਤੂੰ ਸਾਡੇ ਨਾਲ ਕੀ ਕੀਤਾ, ਬਚਨੀ ਨੇ ਪੁੱਛਿਆ। ਚਾਚੀ ਮੈਂ ਕੀ ਕੀਤਾ, ਇਹ ਤਾਂ ਉੱਪਰੋਂ ਹੁਕਮ ਆਏ ਸੀ, ਉਹਨੇ ਸਫਾਈ ਦਿੱਤੀ। ਤੂੰ ਆਖ ਦਿੰਦਾ ਵੀ ਸਾਡੇ ਪਿੰਡ ਕੋਈ ਅਜਿਹੀ ਕੁੜੀ ਨਹੀਂ, ਉਹਨੇ ਮੱਥੇ 'ਤੇ ਕਿਹੜਾ ਲਿਖਿਆ ਸੀ ਵੀ ਉਹ ਮੁਸਲਮਾਨਾਂ ਦੀ ਕੁੜੀ ਹੈ, ਬਚਨੀ ਨੇ ਕਿਹਾ। ਤੂੰ ਉਹ ਆਪ ਸੋਚ ਚਾਚੀ, ਉਹ ਸਾਰੀ ਸੂਹ ਲੈ ਕੇ ਆਏ ਸੀ, ਪਾਕਿਸਤਾਨ ਉਹਦੇ ਮਾਪਿਆਂ ਨੇ ਆਪਣੇ ਇਸ ਪਿੰਡ ਦਾ ਨਾਂ ਲਿਖ ਕੇ ਭੇਜਿਆ ਸੀ। ਉਹ ਸੋਚਦੇ ਹੋਣੇ ਆ ਵੀ ਜੇ ਜਿਉਂਦੀ ਹੋਊ ਤਾਂ ਇਸ ਪਿੰਡ 'ਚ ਹੀ ਹੋ, ਨਾਲੇ ਸਾਡਾ ਬਗਾਨੀ ਕੁੜੀ 'ਤੇ ਕੀ ਜ਼ੋਰ, ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਬਚਨੀ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅੱਗੋਂ ਕੀ ਆਖੇ। ਉਹ ਘਰ ਮੁੜ ਆਈ, ਘਰ ਆ ਕੇ ਪਾਣੀ ਦੇ ਗਲਾਸ ਨਾਲ ਅੱਧੀ ਰੋਟੀ ਆਪਣੇ ਅੰਦਰ ਸੁੱਟੀ। ਆਥਣੇ ਜੇ ਉਹਦੇ ਹੱਡ ਪੈਰ ਟੁੱਟ ਰਹੇ ਸੀ, ਜਿਵੇਂ ਤਾਪ ਚੜ੍ਹ ਰਿਹਾ ਹੋਵੇ। ਕਿਸੇ ਕੰਮ ਕਾਰ ਨੂੰ ਤਾਂ ਚਿੱਤ ਨਹੀਂ ਸੀ ਕਰ ਰਿਹਾ। ਹੌਲੀ ਹੌਲੀ ਉਹਨੂੰ ਬਰੀਕੀ ਤਾਪ ਚੜ੍ਹਨ ਲੱਗ ਪਿਆ। ਲਾਲ ਸਿਉਂ ਅੱਡ ਉੱਧਰਿਆਂ ਵਾਂਗ ਫਿਰਦਾ ਸੀ। ਉਹਨੂੰ ਵਾਰ ਵਾਰ ਕਰਤਾਰੀ ਯਾਦ ਆ ਰਹੀ ਸੀ, ਕਰਤਾਰੀ ਦਾ ਰੋਣਾ ਯਾਦ ਆ ਰਿਹਾ ਸੀ, ਪੁਲਿਸ ਵਾਲੀ ਜਨਾਨੀ ਦਾ ਥੱਪੜ ਵੀ ਦਿਸ ਰਿਹਾ ਸੀ। ਉਹਦਾ ਮਨ ਕੀਤਾ ਕਿ ਰੋਈਆਂ ਚੜ੍ਹ ਕੇ ਉਹਨੂੰ ਹਾਕਾ ਮਾਰੇ, ਸਭ ਕੁਝ ਭੰਨ ਤੋੜ ਦੇਵੇ ਜਾਂ ਆਪ ਨਹਿਰ 'ਚ ਛਾਲ ਮਾਰ ਦੇਵੇ। ਪਰ ਉਹਨੂੰ ਬੇਬੇ ਦਾ ਖਿਆਲ ਆ ਜਾਂਦਾ, ਉਹ ਵੀ ਤਾਂ ਹੌਕੇ ਭਰਦੀ ਰਹਿੰਦੀ ਆ ਸਾਰਾ ਦਿਨ। ਕਦੇ ਕਦੇ ਉਹਦਾ ਮਨ ਕਰਦਾ ਕਿਵੇਂ ਨਾ ਕਿਵੇਂ ਪਾਕਿਸਤਾਨ 'ਚ ਪਹੁੰਚ ਕੇ ਉਹਨੂੰ ਲੱਭ ਲਿਆਵੇ, ਪਰ ਕੁਛ ਵੀ ਕਰ ਸਕਣ ਦੀ ਉਸ 'ਚ ਹਿੰਮਤ ਨਹੀਂ ਸੀ। ਅੰਮਾ ਬਿਸ਼ਨੀ ਬਚਨੀ ਦਾ ਹਾਲ ਚਾਲ ਪੁੱਛਣ ਲਈ ਉਹਨਾਂ ਦੇ ਘਰ ਗਈ। ਉਹਦੀ ਹਾਲਤ ਦੇਖ ਕੇ ਉਹਨੇ 100-100 ਗਾਲਾਂ ਲੰਬੜਦਾਰ ਨੂੰ ਅਤੇ ਪੁਲਿਸ ਵਾਲਿਆਂ ਨੂੰ, ਇੱਥੋਂ ਤੱਕ ਕਿ ਰੱਬ ਨੂੰ ਵੀ 100-100 ਗਾਲਾਂ ਕੱਢਣ ਲੱਗੀ ਅਤੇ ਬਚਨੀ ਨੂੰ ਆਖਣ ਲੱਗੀ, ਜੇ ਰੱਬ ਨੇ ਵਕਤ ਪਾਇਆ ਤਾਂ ਤਕੜੀ ਹੋ ਕੇ ਕੱਟ, ਹੁਣ ਮੈਂ ਵੀ ਤਾਂ ਜਵਾਈ ਦਾ ਦੁੱਖ ਜਰਿਆ ਹੈ, ਫਿਰ ਵੀ ਜਿਉਂਦੀ ਬੈਠੀ ਹਾਂ। ਮੁਸੀਬਤਾਂ ਬੰਦਿਆਂ ਨੂੰ ਹੀ ਆਉਂਦੀਆਂ ਨੇ, ਸਿਆਣਿਆਂ ਨੇ ਤਾਂ ਆਖਿਆ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ, ਅਤੇ ਮੈਂ ਤਾਂ ਬਥੇਰਾ ਬਾਬੇ ਬੁਰਜ ਨੂੰ ਧਿਆਉਂਦੀ ਹਾਂ ਕਿ ਨਗਰ ਖੇੜੇ ਸੁੱਖ ਸਾਂਦ ਰਹੇ। ਪਤਾ ਨਹੀਂ ਕਾਹਦੀ ਕਰੋਪੀ ਆ ਗਈ ਹੈ ਇਸ ਨਗਰ ਖੇੜੇ। ਰਲੀ ਹੁਣ ਬਿਮਾਰ ਪਈ ਹੋਈ ਹੈ, ਕੋਈ ਮੁੰਡਾ ਉਹਦੀ ਖਬਰ ਪੁੱਛਣ ਨਹੀਂ ਆਇਆ। ਬਹਾਨਾ ਇਹ ਕਿ ਕਣਕ ਦੀ ਬਿਜਾਈ 'ਚ ਲੱਗੇ ਹੋਏ ਨੇ, ਬਈ ਔਤ ਜਾਣੇ ਹੋ, ਮਾਂ ਮੁੜ ਕੇ ਮਿਲੂਗੀ ਕਿਤੇ। ਸੁਣਿਆ ਨਿਹਾਲਕੁਰ ਦਾ ਮੁੰਡਾ ਕੋਈ ਪੂਰ ਬਣ ਲਿਆਇਆ ਹੈ ਮੁੱਲ ਦੀ, ਚੱਲ ਆਪਾਂ ਨੂੰ ਕੀ, ਜਮਾਨੇ ਨੂੰ ਅੱਗ ਲੱਗੀ ਹੋਈ ਹੈ, ਇਦੋਂ ਦਾ ਕਿਸੇ ਗਰੀਬ ਦੀ ਕੁੜੀ ਨੂੰ ਚੁੰਨੀ ਚੜ੍ਹਾ ਕੇ ਲਿਆਉਂਦਾ, ਹੁਣ ਵੱਢਿਆ ਗਿਆ ਨੱਕ ਅਗਲਿਆਂ ਪਿਛਲਿਆਂ ਦਾ,
ਨਿਹਾਲ ਕੌਰ ਫਿਰ ਬੋਲਣ ਜੋਗੀ ਨਹੀਂ ਰਹੀ। ਨਾਲੇ ਨਾਲੇ ਪ੍ਰਤਾਪੀ ਦਾ ਮੁੰਡਾ ਆਥਣ ਸਵੇਰ ਪਾਠ ਕਰਨ ਦੇ ਬਹਾਨੇ ਗੁਰਦੁਆਰੇ ਜਾਂਦਾ, ਕਦੇ ਗੁਰਦੁਆਰੇ ਦੀ ਬੇਰੀ ਦੇ ਬੇਰ ਤੋੜ ਲਿਆਉਂਦਾ, ਕਦੇ ਚੜਾਇਆ ਪੈਸਾ ਹੂੰਝ ਲਿਆਉਂਦਾ, ਪਰ ਆਪਾਂ ਨੂੰ ਕੀ, ਆਪੇ ਅਗਲੀ ਜੂਨ ਕੁੱਤਾ ਬਿੱਲਾ ਬਣਿਆ ਫਿਰੂ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਰਲ ਕੇ ਮਿੱਠੇ ਚੌਲਾਂ ਦਾ ਜੱਗ ਕਰਨਾ ਚਾਹੀਦਾ। ਅਣਹੋਈਆਂ ਹੋਣ ਲੱਗ ਪਈਆਂ ਨੇ। ਬਚਨੀ ਚੁੱਪ ਚਾਪ ਬਿਸ਼ਨੀ ਅੰਮਾ ਦੀਆਂ ਗੱਲਾਂ ਸੁਣ ਰਹੀ ਸੀ, ਨਾ ਹੀ ਉਹਨੇ ਅੰਮਾ ਨੂੰ ਚਾਹ ਪੀਣ ਲਈ ਪੁੱਛਿਆ। ਫਿਰ ਆਪ ਹੀ ਬਿਸ਼ਨੀ ਉੱਠ ਕੇ ਚਲੀ ਗਈ। ਲੱਗਦਾ ਸੀ ਬਿਸ਼ਨੀ ਅੰਮਾ ਦੇ ਮਨ ਨੂੰ ਅਜੇ ਵੀ ਸ਼ਾਂਤੀ ਨਹੀਂ ਸੀ ਆਈ। ਘਰ ਆ ਕੇ ਵੀ ਪਤਾ ਨਹੀਂ ਕਿਉਂ ਆਪਣੇ ਘਰ ਤੋਂ ਚੌਥੇ ਘਰ ਵਾਲੇ ਬਖਤੌਰੇ ਨੂੰ ਗਾਲਾਂ ਦੇਈ ਜਾ ਰਹੀ ਸੀ। ਇਸ ਰੁੜ ਜਾਣੇ ਬਖਤੌਰੇ ਨੂੰ ਰੱਬ ਵੀ ਨਹੀਂ ਸਾਂਭਦਾ, ਪੈ ਜੇ ਇਹਨੂੰ ਪਲੇਗ। ਸਾਰੀ ਉਮਰ ਇਹਨੇ ਕੱਖ ਭੰਨ ਕੇ ਦੂਰਾ ਨਹੀਂ ਕੀਤਾ, ਵਿਆਜ 'ਤੇ ਰੁਪਈਏ ਦੇ ਕੇ ਲੋਕਾਂ ਦਾ ਕਾਲਜਾ ਵੱਢ ਵੱਢ ਖਾ ਗਿਆ। ਔਖ ਵੇਲੇ ਲੋਕ ਉਧਾਰ ਸੁਧਾਰ ਲੈ ਲੈਂਦੇ ਨੇ, ਮੁੜ ਕੇ ਸਵਾਏ ਡੂਡੇ ਮੋੜਨੇ ਪੈਂਦੇ ਨੇ। ਬਥੇਰੇ ਲੋਕ ਨੂੰਹਾਂ ਧੀਆਂ ਦੇ ਕੰਨਾਂ ਹੱਥਾਂ 'ਚ ਲੁਆ ਕੇ ਟੂਮਾ ਇਸ ਕੋਲ ਗਹਿਣੇ ਧਰ ਦਿੰਦੇ ਨੇ, ਮੁੜ ਕੇ ਕਦੇ ਛਡਾਉਣ ਜੋਗੀ ਪਰੋਖੋ ਹੀ ਨਹੀਂ ਹੁੰਦੀ। ਇਹ ਵਿਆਜ ਲਾ ਲਾ ਕੇ ਦੁੱਗਣੇ ਚੌਗਣੇ ਕਰ ਕਰਕੇ ਸਭ ਕੁਛ ਵਿੱਚ ਹੀ ਹਜ਼ਮ ਕਰੀ ਜਾਂਦਾ। ਰੱਬ ਲਓ ਇਹ ਤੋਂ ਹਿਸਾਬ, ਜੇ ਅਗਲੇ ਜਨਮ ਕੁੱਤਾ ਬਣਿਆ ਬੁਰਕੀ ਬੁਰਕੀ ਨੂੰ ਨਾ ਤਰਸਦਾ ਫਿਰਿਆ। ਜੈਕੁਰ ਬਿਸ਼ਨੀ ਨੂੰ ਗਾਲਾਂ ਕੱਢਦਿਆਂ ਸੁਣ ਕੇ ਉਹਦੇ ਕੋਲ ਆਈ ਅਤੇ ਕਹਿਣ ਲੱਗੇ, ਅੰਮਾ ਬੁੜਾ ਸੁਣ ਲੂਗਾ। ਸੁਣ ਲਵੇ, ਮੈਂ ਕਿਹੜਾ ਡਰਦੀ ਹਾਂ ਮੜੀਆਂ ਪੈਣ ਵਾਲੇ ਤੋਂ, ਬਿਸ਼ਨੀ ਨੇ ਕਿਹਾ। ਫਿਰ ਜੈਕੁਰ ਨੂੰ ਦੱਸਣ ਲੱਗੇ, ਕਿਸੇ ਜੱਟ ਦੀ ਗਊ ਵਰਗੀ ਕੁੜੀ ਵਿਆਹ ਲਈ ਆਪਣੇ ਸ਼ਰਾਬੀ ਪੁੱਤ ਨੂੰ, ਹੁਣ ਰੋਜ਼ ਉਸ ਉਹ ਰਾਤ ਨੂੰ ਖੌਰੂ ਪਾਉਂਦਾ, ਉੱਚੀ ਉੱਚੀ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੁੰਦਾ, ਬਹੂ ਨੂੰ ਹੀ ਕੱਢ ਰਿਹਾ ਹੋਣਾ ਹੁੰਦਾ, ਪਰ ਉਹ ਸੱਤਿਆਵਾਨ ਦਾ ਕਦੇ ਉੱਚੀ ਬੋਲ ਨਹੀਂ ਸੁਣਿਆ। ਰੋ ਰੋ ਅੱਖਾਂ ਸੁਜਾ ਲੈਂਦੀ ਹੈ ਪਰ ਭਾਫ਼ ਨਹੀਂ ਕੱਢਦੀ ਕਿਸੇ ਕੋਲ। ਇੱਕ ਦਿਨ ਮੈਂ ਪੁੱਛਿਆ, ਕੁੜੇ ਤੇਰੀਆਂ ਅੱਖਾਂ ਨੂੰ ਕੀ ਹੋਇਆ? ਕਹਿਣ ਲੱਗੀ, ਅੰਮਾ ਬੈਵਾਦੀ ਨਾਲ ਸੁੱਜ ਗਈਆਂ ਹੋਣਗੀਆਂ। ਇਹ ਸੁਣ ਕੇ ਜੈਕੁਰ ਕਹਿਣ ਲੱਗੀ, ਆਹੋ ਅੰਮਾ ਏਡੇ ਮਾੜੇ ਖਲਨੇ ਨੂੰ ਇਹੋ ਜਿਹੀ ਸੱਤਿਆਵਾਨ ਖਬਰੇ ਕਿਵੇਂ ਮਿਲ ਗਈ? ਮਾਪੇ ਵੀ ਤਾਂ ਅੰਨੇ ਹੋ ਜਾਂਦੇ ਨੇ, ਪੱਕਾ ਘਰ ਉੱਤੇ ਚੁਬਾਰੇ ਵੇਖ ਕੇ ਡੁੱਲ ਗਏ। ਅੰਮਾ ਪੱਕਾ ਘਰ ਤੇ ਚੁਬਾਰੇ ਹੀ ਨਹੀਂ, ਮਾਇਆ ਵੀ ਬਥੇਰੀ ਹੈ। ਉਈ ਤਾਂ ਨਹੀਂ ਕੁੜੀਆਂ ਦੇ ਰਿਸ਼ਤੇ ਵੱਡੇ ਵੱਡੇ ਘਰਾਂ 'ਚ ਕਰਦੇ? ਮੈਨੂੰ ਲੱਗਦਾ ਹੈ ਸਿਰ ਸਿਰ ਪੱਕਾ ਤਾਂ ਇਹਨੇ ਸੋਨਾ ਪਾਇਆ ਹੋਊ ਕੁੜੀਆਂ ਦੇ ਵਿਆਹਾਂ ਨੂੰ। ਲੈ ਜੈਕੁਰ, ਰੱਬ ਦੇ ਘਰ ਦੇਰ ਹੈ, ਨੇਰ ਨਹੀਂ, ਇਹੋ ਜਿਹੀ ਕਮਾਈ ਨਹੀਂ ਫਲਦੀ ਹੁੰਦੀ। ਇੱਕੋ ਮੁੰਡਾ ਸੀ, ਉਹ ਵੀ ਸ਼ਰਾਬੀ ਕਬਾਬੀ ਹੋ ਗਿਆ। ਜੇ ਬਖਤੌਰਾ ਸਮਝਣ ਵਾਲਾ ਹੋਵੇ ਤਾਂ ਸਮਝੇ ਵੀ ਵਿਆਜੂ ਕਮਾਈ ਫਲਦੀ ਨਹੀਂ, ਅੰਮਾ ਨੇ ਕਿਹਾ। ਅੰਮਾ, ਇਹਨਾਂ ਨੂੰ ਜਿਹੜੀ ਨੇਕ ਬਖਤ ਬਹੂ ਥਿਆ ਗਈ, ਉਹ ਆਥਣ ਸਵੇਰ ਪਾਠ ਕਰਦੀ ਹੈ, ਕਿਸੇ ਮੰਗਤੇ ਨੂੰ ਖੈਰ ਪਾਏ ਬਿਨਾਂ ਗਾਂਹ ਨਹੀਂ ਤੋਰਦੇ, ਅਤੇ ਬੁੜੇ ਤੋਂ ਚੋਰੀਓ ਸੰਤਾਂ ਦੇ ਡੇਰੇ ਸਿੱਧਾ ਵੀ ਪਹੁੰਚਾ ਦਿੰਦੀ ਹੈ। ਨਹੀਂ ਜੈਕੁਰੇ, ਉਹਦੇ ਭਾਗਾਂ ਨੂੰ ਮੁੰਡਾ ਹੋ ਗਿਆ, ਨਹੀਂ ਤਾਂ ਬੁੜਾ ਅਤੇ ਉਹਦਾ ਮੁੰਡਾ ਵੱਢਣ ਜੋਗੇ ਨੇ। ਬਿਸ਼ਨੀ ਨੇ ਇਹ ਕਹਿ ਕੇ ਆਪਣੇ ਗਲੇ ਨੂੰ ਤਰ ਕਰਨ ਲਈ ਪਾਣੀ ਦਾ ਗਲਾਸ ਪੀਤਾ ਅਤੇ ਫਿਰ ਉਹਨੂੰ ਬਚਨੀ ਦਾ ਖਿਆਲ ਆ ਗਿਆ। ਉਹਨੇ ਜੈਕੁਰ ਨੂੰ ਕਿਹਾ, ਕੁੜੇ ਜੈਕੁਰ, ਤੂੰ ਬਚਨੀ ਦਾ ਪਤਾ ਲੈ ਆਈ? ਮੈਂ ਤਾਂ ਜਾ ਆਈ ਸੀ। ਪਤਾ ਨਹੀਂ ਕਾ ਤੂੰ ਉਹ ਕਰਤਾਰੀ ਦਾ ਇੰਨਾ ਹੇਰਵਾ ਕਰਦੀ ਆ, ਉਹ ਤਾਂ ਆਪਣੀ ਹੈ ਹੀ ਨਹੀਂ ਸੀ, ਨਾਲੇ ਬੰਦੇ ਦੇ ਕੀ ਅਖਤਿਆਰ, ਜਿਵੇਂ ਜਿਵੇਂ ਲਿਖਿਆ ਉਹੀ ਉਹੀ ਭੋਗਣਾ। ਹੁਣ ਰਲੀ ਦੇ ਮੁੰਡੇ ਸਹੁਰੇ ਜਾ ਕੇ ਵਸੇ, ਸੁਣਿਆ ਨਹੀਂ ਕਿ ਭੈਣ ਦੇ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ, ਕੀ ਇੱਜ਼ਤ ਹੋਊਗੀ ਉਹਨਾਂ ਦੀ? ਅੰਮਾ, ਅੱਜ ਕੱਲ੍ਹ ਇੱਜ਼ਤ ਉੱਜਤ ਨੂੰ ਕੁਛ ਨਹੀਂ ਸਮਝਦੇ ਲੋਕ, ਜੈਕੁਰ ਨੇ ਕਿਹਾ। ਹਾਂ ਸੱਚ, ਬਚਨਾ ਵੀ ਛੁੱਟੀ ਆਉਣ ਵਾਲਾ ਹੋਣਾ। ਬਿਸ਼ਨੀ ਨੂੰ ਬਚਨੇ ਦਾ ਖਿਆਲ ਆਇਆ, ਇਸੇ ਮਹੀਨੇ ਆਉਣਾ ਸੀ ਪਰ ਕਹਿੰਦੇ ਨੇ ਪਾਕਿਸਤਾਨ ਨਾਲ ਕਦੇ ਵੀ ਲੜਾਈ ਲੱਗ ਸਕਦੀ ਹੈ, ਇਸ ਲਈ ਸਭ ਦੀਆਂ ਛੁੱਟੀਆਂ ਬੰਦ ਕਰਤੀਆਂ ਨੇ। ਤਾਂ ਹੀ ਮੈਂ ਵੀ ਕਹਾਂ, ਸ਼ੇਰੂ ਕਾਹਤੋਂ ਛੁੱਟੀ 'ਤੇ ਨਹੀਂ ਆਇਆ, ਮੈਨੂੰ ਨਹੀਂ ਦੱਸਦਾ ਕੁਛ ਵੀ ਉਹ, ਅੰਮਾ ਨੇ ਕਿਹਾ। ਅੰਗ ਪੰਜਵਾਂ। ਅਜੇ ਛੁੱਟੀ ਕੱਟ ਕੇ ਗਏ ਬਚਨੇ ਨੂੰ 4 ਮਹੀਨੇ ਨਹੀਂ ਸੀ ਹੋਏ, ਇੱਕ ਦਿਨ ਬਚਨਾ ਘਰ ਪਹੁੰਚ ਗਿਆ। ਬਚਨੇ ਨੂੰ ਦੇਖ ਕੇ ਸੀਬੋ ਖਿੜਪੁੜ ਗਈ, ਉਹਨੇ ਧਰਤੀ ਨਸਕਾਰੀ, ਫਟਾਫਟ ਕਾੜਨੀ 'ਚੋਂ ਦੁੱਧ ਦਾ ਗਲਾਸ ਲਿਆਈ ਅਤੇ ਵਿੱਚ ਪੱਕਾ ਮਿੱਠਾ ਪਾ ਕੇ ਚਮਚੇ ਨਾਲ ਹਿਲਾ ਕੇ ਬਚਨੇ ਨੂੰ ਦਿੱਤਾ। ਨਹੀਂ, ਮੇਰਾ ਅਜੇ ਜੀ ਨਹੀਂ ਕਰਦਾ, ਆਖ ਕੇ ਬਚਨੇ ਨੇ ਦੁੱਧ ਦਾ ਗਲਾਸ ਮੋੜਤਾ। ਉਂਝ ਚਿੱਤ ਤਾਂ ਰਾਜੀ ਆ ਤੇਰਾ? ਸੀਬੂ ਨੇ ਬਚਨੇ ਦੇ ਮੂੰਹ ਉੱਤੇ ਬੇਰੌਣਕੀ ਜੀ ਦੇਖ ਕੇ ਪੁੱਛਿਆ। ਆਹੋ ਠੀਕ ਆ, ਬਾਹਰਲਾ ਦਰਵਾਜ਼ਾ ਭੇੜ ਦੇ, ਜੇ ਕੋਈ ਪੁੱਛੇ ਤਾਂ ਇਹ ਨਾ ਦੱਸੀ ਵੀ ਮੈਂ ਆਇਆ, ਬਚਨੇ ਨੇ ਕਿਹਾ। ਬਾਹਰਲਾ ਦਰਵਾਜ਼ਾ ਭੇੜ ਕੇ ਮੁੜੀ ਆਉਂਦੀ ਸੀਬੂ ਸੋਚ ਰਹੀ ਸੀ ਕਿ ਕਿਸੇ ਨੂੰ ਦੱਸਣਾ ਕਿਉਂ ਨਹੀਂ, ਇਹ ਕੋਈ ਚੋਰ ਥੋੜ੍ਹੀ ਹੈ। ਗੁਲਜ਼ਾਰਾ ਉਸੇ ਵੇਲੇ ਆਪਣੇ ਬੇਬੇ ਬਾਪੂ ਨੂੰ ਦੱਸਣ ਭੱਜ ਗਿਆ ਕਿ ਚਾਚਾ ਆਇਆ। ਉਹ ਤਾਂ ਆਖਦਾ ਸੀ ਕਿ ਉਹ ਅਗਲੇ ਸਾਲ ਦੀ ਛੁੱਟੀ ਆਊਗਾ, ਪਰ ਇਹ ਪਹਿਲਾਂ ਕਿਵੇਂ ਆ ਗਿਆ, ਕਰਦਾ ਜਾ ਕੇ ਪਤਾ। ਇਹ ਆਖ ਕੇ ਸਾਧੂ ਤੁਰਨ ਹੀ ਲੱਗਿਆ ਸੀ ਕਿ ਜੈਕੁਰ ਨੇ ਰੋਕ ਕੇ ਕਿਹਾ, ਉਹਨੂੰ 2 ਘੜੀ ਆਰਾਮ ਤਾਂ ਕਰ ਲੈਣ ਦੇ, ਕਿਤੇ ਭੱਜ ਤਾਂ ਨਹੀਂ ਚੱਲਿਆ।
ਜੈਕੁਰ ਦੇ ਇਹ ਕਹਿਣ 'ਤੇ ਸਾਧੂ ਨੇ ਜੁੱਤੀ ਖੋਲ੍ਹਤੀ ਅਤੇ ਮੰਜੇ 'ਤੇ ਪੈ ਗਿਆ। ਚਾਚਾ ਚਾਚੀ ਨੂੰ ਆਖਦਾ ਸੀ ਕਿਸੇ ਨੂੰ ਦੱਸਿਓ ਨਾ ਬਈ ਮੈਂ ਆਇਆ। ਜਦੋਂ ਗੁਲਜ਼ਾਰੇ ਨੇ ਕਿਹਾ ਤਾਂ ਸਾਧੂ ਉੱਠ ਕੇ ਬੈਠ ਗਿਆ। ਕਈ ਤਰ੍ਹਾਂ ਦੇ ਖਿਆਲ ਉਹਨੂੰ ਆਉਣ ਲੱਗੇ, ਕਿਤੇ ਕੋਈ ਗਲਤੀ ਤਾਂ ਨਹੀਂ ਕਰ ਬੈਠਾ, ਜਾਂ ਫਿਰ ਆਖਦੇ ਨੇ ਲੜਾਈ ਲੱਗ ਗਈ ਹੈ ਅਤੇ ਕਿਤੇ ਡਰ ਕੇ ਨਹੀਂ ਭੱਜ ਗਿਆ, ਭੱਜ ਆਇਆ ਹੋਵੇ। ਇਹ ਸੋਚਦਿਆਂ ਮੁੜ ਜੁੱਤੀ ਪੈਰੀ ਪਾ ਲਈ ਸਾਧੂ ਨੇ। ਮੈਂ ਪਤਾ ਕਰਕੇ ਆਉਣਾ, ਇਹ ਆਖ ਕੇ ਉਹ ਬਾਹਰ ਲੰਘ ਗਿਆ। ਦੁੱਧ ਨਹੀਂ ਤਾਂ ਚਾਹ ਕਰਦਿਆਂ, ਸੀਬੋ ਨੇ ਬਚਨੇ ਨੂੰ ਪੁੱਛਿਆ। ਫਿਰ ਪੁੱਛਿਆ, ਕਿੰਨੇ ਦਿਨ ਦੀ ਛੁੱਟੀ 'ਤੇ ਆਇਆ? ਬਚਨਾ ਚੁੱਪ ਰਿਹਾ। ਮੇਰਾ ਉੱਥੇ ਤੇਰੇ ਬਿਨਾਂ ਜੀ ਨਹੀਂ ਲੱਗਦਾ, ਬਚਨੇ ਨੇ ਜਦੋਂ ਇਹ ਆਖਿਆ ਤਾਂ ਸੀਬੋ ਨੂੰ ਹਾਸਾ ਆ ਗਿਆ। ਕਹਿਣ ਲੱਗੀ ਕਿ ਦੇਖਾਂ ਝੇਡਾਂ ਕਰਦਾ, ਜਿਹੜਾ ਤੂੰ ਨਾਲ ਕੱਪੜਾ ਲੀੜਾ ਨਹੀਂ ਲਿਆਇਆ ਇਹਦਾ ਮਤਲਬ ਛੇਤੀ ਮੁੜ ਜਾਏਗਾ। ਮੈਂ ਹੁਣ ਉਹ ਨੌਕਰੀ ਨਹੀਂ ਕਰਨੀ, ਮੈਂ ਅਸਤੀਫਾ ਦੇ ਕੇ ਆਉਣਾ ਸੀ, ਪਰ ਸਾਹਿਬ ਨੇ ਪਹਿਲਾਂ ਹੀ ਆਖਤਾ ਸੀ ਕਿ ਲੜਾਈ ਲੱਗਣ ਵਾਲੀ ਹੈ, ਛੁੱਟੀਆਂ ਸਭ ਦੀਆਂ ਬੰਦ। ਮੈਂ ਤਾਂ ਚੋਰੀਓਂ ਭੱਜ ਆਇਆ, ਬਚਨੇ ਨੇ ਦੱਸਿਆ। ਸੀਬੋ ਨੂੰ ਬਚਨੇ ਦਾ ਆਉਣਾ ਤਾਂ ਚੰਗਾ ਲੱਗਿਆ ਸੀ, ਪਰ ਉਹਦੀ ਇਹ ਗੱਲ ਸੁਣ ਕੇ ਚੋਰੀਓਂ ਭੱਜ ਕੇ ਆਇਆ ਉਹ ਥੋੜ੍ਹਾ ਘਬਰਾ ਗਈ ਕਿ ਕਿਧਰੇ ਫੌਜ ਵਾਲੇ ਮਗਰੋਂ ਫੜਨ ਨਾ ਆ ਜਾਣ। ਬਾਹਰਲਾ ਬਾਰ ਖੜ ਗਿਆ ਤਾਂ ਸੀਬੋ ਕੁੰਡਾ ਖੋਲ੍ਹਣ ਚਲੀ ਗਈ। ਇੰਨੇ ਚਿਰ ਨੂੰ ਬਚਨਾ ਮੰਜੇ 'ਤੇ ਟੇਢਾ ਜਿਹਾ ਹੋ ਕੇ ਪੈ ਗਿਆ। ਬਾਹਰ ਗੁਲਜ਼ਾਰਾ ਅਤੇ ਸਾਧੂ ਖੜ੍ਹੇ ਸਨ। ਸੀਬੋ ਨੇ ਝੱਟ ਘੁੰਡ ਕੱਢ ਲਿਆ ਅਤੇ ਪੈਰੀਂ ਹੱਥ ਲਾਏ। ਮੈਨੂੰ ਤਾਂ ਗੁਲਜ਼ਾਰੇ ਨੇ ਦੱਸਿਆ ਸੀ ਵੀ ਚਾਚਾ ਆਇਆ, ਸਾਧੂ ਨੇ ਕਿਹਾ ਅਤੇ ਉਹ ਅੰਦਰ ਬਚਨੇ ਕੋਲ ਬੈਠ ਗਿਆ। ਸੁੱਖ ਸ਼ਾਂਤ ਆਇਆ, ਅਚਾਨਕ ਕਿਵੇਂ ਆ ਗਿਆ? ਸਾਧੂ ਨੇ ਪੁੱਛਿਆ। ਮੈਂ ਤਾਂ ਬਾਈ ਭੱਜ ਕੇ ਆ ਗਿਆ, ਬਚਨੇ ਨੇ ਦੱਸਿਆ। ਫੜਨ ਤਾਂ ਨਹੀਂ ਆ ਜਾਣਗੇ ਫੌਜ ਵਾਲੇ? ਸਾਧੂ ਨੇ ਚਿੰਤਾਤੁਰ ਹੋ ਕੇ ਪੁੱਛਿਆ। ਮੈਂ ਇੱਧਰ ਉੱਧਰ ਹੋ ਜੂੰਗਾ, ਤੁਸੀਂ ਆਖਦੇ ਹੋ ਕਿ ਸਾਨੂੰ ਕੀ ਪਤਾ, ਬਚਨੇ ਨੇ ਕਿਹਾ। ਇਹ ਸੁਣ ਕੇ ਸਾਧੂ ਚੁੱਪ ਕਰ ਗਿਆ ਅਤੇ ਉਹਨੂੰ ਫਿਕਰ ਹੋ ਗਿਆ ਕਿ ਟਰੈਕਟਰ ਦੀਆਂ ਕਿਸ਼ਤਾਂ ਦਾ ਕੀ ਬਣੂ। ਸੀਬੋ ਨੇ ਸਾਧੂ ਨੂੰ ਪੁੱਛਿਆ ਕਿ ਚਾਹ ਦੀ ਘੁੱਟ ਲਿਆ ਦਾਂ ਜੀ? ਨਹੀਂ, ਚਾਹ ਦੀ ਕੋਈ ਲੋੜ ਨਹੀਂ, ਸਾਧੂ ਬੋਲਿਆ। ਸੀਬੋ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਬਚਨਾ ਭੱਜ ਕੇ ਕਿਉਂ ਆ ਗਿਆ। ਗੁਲਜ਼ਾਰੇ ਨੇ ਸਾਰੀ ਬੀਹੀ ਨੂੰ ਦੱਸਤਾ ਕਿ ਮੇਰਾ ਚਾਚਾ ਆਇਆ। ਅਗਲੇ ਦਿਨ ਹੀ ਬਚਨਾ ਸੀਬੋ ਨੂੰ ਲੈ ਕੇ ਆਪਣੀ ਭੈਣ ਕੋਲ ਚਲਾ ਗਿਆ। ਉਹਦਾ ਖਿਆਲ ਸੀ ਕਿ ਇੱਥੇ ਕੋਈ ਡਰ ਨਹੀਂ, ਕਿਉਂਕਿ ਭੈਣ ਦਾ ਘਰ ਵਾਲਾ ਵੀ ਫੌਜ 'ਚ ਸੀ। ਭਰਾ ਨੂੰ ਆਇਆ ਵੇਖ ਕੇ ਭੈਣ ਤੋਂ ਚਾਹ ਕਿਹੜਾ ਚੱਕਿਆ ਜਾਂਦਾ ਸੀ। ਉਹਦੀ ਭੈਣ ਸੀਤੋ ਨੇ ਕਿਹਾ ਕਿ ਹੁਣ ਉਹ ਉਸ ਨੂੰ ਕਈ ਦਿਨ ਜਾਣ ਨਹੀਂ ਦੇਵੇਗੀ। ਪਰ ਜਿਸ ਗੱਲ ਦਾ ਬਚਨੇ ਨੂੰ ਡਰ ਸੀ ਉਹੀ ਹੋਈ। ਸੀਤੋ ਦਾ ਪ੍ਰਾਹੁਣਾ ਅਗਲੇ ਦਿਨ ਆ ਗਿਆ। ਉਸੇ ਨੇ ਤਾਂ ਬਚਨੇ ਨੂੰ ਆਪਣੀ ਪਲਟਨ 'ਚ ਭਰਤੀ ਕਰਾਇਆ ਸੀ। ਉਹਨੂੰ ਦੇਖ ਕੇ ਬਚਨੇ ਦਾ ਰੰਗ ਉੱਡ ਗਿਆ। ਸੀਤੋ ਦਾ ਪ੍ਰਾਹੁਣਾ ਬੜੇ ਧੀਰਜ ਨਾਲ ਬਚਨੇ ਕੋਲ ਬੈਠ ਗਿਆ ਅਤੇ ਆਖਣ ਲੱਗਾ, ਡਰਨ ਵਾਲੀ ਕੋਈ ਗੱਲ ਨਹੀਂ, ਮੈਂ ਸਾਹਿਬ ਨੂੰ ਆਖ ਦਿੱਤਾ ਕਿ ਬਚਨੇ ਦੀ ਘਰ ਵਾਲੀ ਸਖਤ ਬਿਮਾਰ ਸੀ, ਉਹ ਤੁਰਿਆ ਨਾ ਗਿਆ, ਕੋਈ ਕਾਰਵਾਈ ਨਾ ਕਰਿਓ, ਮੈਂ ਆਪ ਜਾ ਕੇ ਲੈ ਆਉਣਾ। ਸਾਹਿਬ ਸਾਡਾ ਬੜਾ ਚੰਗਾ ਬੰਦਾ, ਮੰਨ ਗਿਆ, ਨਹੀਂ ਤਾਂ ਤੈਨੂੰ ਫੌਜੀ ਪੁਲਿਸ ਨੇ ਫੜ ਕੇ ਲੈ ਜਾਣਾ ਸੀ। ਪਹਿਲਾਂ ਕੈਦ ਕਰਦੇ, ਫਿਰ ਪਿੱਠੂ ਲਾਉਂਦੇ, ਮੁੜ ਕੇ ਪਲਟਨ 'ਚ ਭੇਜਦੇ। ਰੌਲਾ ਤਾਂ ਉਦੋਂ ਹੀ ਪੈ ਗਿਆ ਸੀ ਜਦ ਤੂੰ ਬਿਨਾਂ ਕਿਸੇ ਨੂੰ ਕੁਝ ਆਖੇ ਤੁਰ ਆਇਆ ਸੀ। ਜੀਜੇ ਦੀ ਗੱਲ ਸੁਣ ਕੇ ਬਚਨੇ ਨੇ ਬੜੀ ਉਦਾਸ ਆਵਾਜ਼ 'ਚ ਕਿਹਾ, ਜੀਜਾ ਮੈਂ ਨਹੀਂ ਮੁੜ ਕੇ ਜਾਣਾ ਪਲਟਨ 'ਚ, ਇਹ ਨਹੀਂ ਹੋ ਸਕਣਾ, ਫਿਰ ਵਾਧੂ ਬੇਇੱਜ਼ਤੀ ਕਰਾ ਕੇ ਜਾਏਗਾ, ਅਗਲਿਆਂ ਨੇ ਭਗੌੜਾ ਕਰਾਰ ਦੇ ਦੇਣਾ, ਜੀਜੇ ਨੇ ਕਿਹਾ। ਇਹਨੇ ਉਹਨੂੰ ਸੀਤੋ ਚਾਹ ਲੈ ਕੇ ਆਈ, ਨਾਲ ਹੀ ਬਿਸਕੁਟ। ਬਚਨੇ ਨੇ ਚਾਹ ਨਹੀਂ ਪੀਤੀ, ਉਹੀ ਗਲਾਸ ਚੁੱਕ ਕੇ ਸੀਤੋ ਨੇ ਸੀਬੋ ਨੂੰ ਫੜਾ ਦਿੱਤਾ। ਚੱਲ ਮੈਂ ਤੈਨੂੰ ਦੁੱਧ ਹੀ ਦੇ ਦਿੰਦੀ ਹਾਂ, ਇਹ ਆਖ ਕੇ ਉਹ ਦੁਧੌੜੀ 'ਚੋਂ ਦੁੱਧ ਪਾ ਲਿਆਈ। ਉਸ 'ਚ ਮਿੱਠਾ ਪਾਉਣ ਹੀ ਲੱਗੀ ਸੀ ਕਿ ਬਚਨੇ ਨੇ ਕਿਹਾ, ਰਹਿਣ ਦੇ ਸੀਤੋ, ਮੈਂ ਨਹੀਂ ਕੁਛ ਲੈਣਾ। ਰਾਤ ਨੂੰ ਬਚਨੇ ਨੇ ਰੋਟੀ ਵੀ ਘੱਟ ਖਾਧੀ। ਰਾਤ ਨੂੰ ਸਾਰੇ ਟੱਬਰ ਨੇ ਕੋਠੇ 'ਤੇ ਮੰਜੇ ਡਾਹ ਲਏ, ਸਾਰੇ ਗੱਲਾਂ ਕਰ ਰਹੇ ਸਨ, ਪਰ ਬਚਨਾ ਚੁੱਪ ਸੀ। ਸੌਣ ਤੋਂ ਪਹਿਲਾਂ ਬਚਨੇ ਨੇ ਕਿਹਾ ਕਿ ਮੈਂ ਜ਼ਰਾ ਨਹਾ ਲਵਾਂ। ਆਖ ਉਹਨੇ ਖੂਹ 'ਚੋਂ ਪਾਣੀ ਕੱਢਿਆ ਅਤੇ ਬਾਲਟੀ ਭਰ ਕੇ ਟੀਨ ਦੇ ਤਖਤੇ ਵਾਲੇ ਛੋਟੇ ਜਿਹੇ ਗੁਸਲਖਾਨੇ 'ਚ ਲੈ ਗਿਆ। ਉਹਨੇ ਤਸੱਲੀ ਕਰ ਲਈ ਕਿ ਸਾਬਣ ਦੀ ਚਾਕੀ ਉੱਥੇ ਪਈ ਸੀ ਅਤੇ ਕੁਝ ਚਿਰ ਬੈਠਾ ਡੱਬੇ 'ਚ ਸਾਬਣ ਘੋਲਦਾ ਰਿਹਾ। ਫਿਰ ਸਾਬਣ ਵਾਲਾ ਪਾਣੀ ਪੀ ਕੇ ਪਿੰਡੇ ਪਾਣੀ ਪਾ ਕੇ ਉੱਪਰ ਕੋਠੇ 'ਤੇ ਆ ਗਿਆ। ਝੱਟ ਹੀ ਉਹਨੂੰ ਉਲਟੀਆਂ ਲੱਗ ਗਈਆਂ। ਸੀਤੋ ਦਾ ਪ੍ਰਾਹੁਣਾ ਪਿੰਡ ਵਿਚਲੇ ਦਵਾ ਦਵਾਰੂ ਦੇਣ ਵਾਲੇ ਕੰਪਾਊਡਰ ਨੂੰ ਸੱਦ ਲਿਆ ਆ। ਉਹਨੇ ਆ ਕੇ ਆਖ ਦਿੱਤਾ ਕਿ ਕੋਈ ਗਲਤ ਚੀਜ਼ ਖਾਧੀ ਗਈ ਆ, ਹੁਣੇ ਹਸਪਤਾਲ ਲੈ ਜਾਓ। ਗੁਆਂਢੀਆਂ ਦਾ ਮੋਟਰਸਾਈਕਲ ਮੰਗ ਕੇ ਸੀਤੋ ਦਾ ਘਰ ਵਾਲਾ ਬਚਨੇ ਨੂੰ ਬਿਠਾ ਕੇ 2-2.5 ਮੀਲ ਦੂਰ ਕਸਬੇ 'ਤੇ ਛੋਟੇ ਜਿਹੇ ਹਸਪਤਾਲ 'ਚ ਲੈ ਗਿਆ। ਡਾਕਟਰ ਨੇ ਬਚਨੇ ਨੂੰ ਦੱਸ ਵੀ ਦਿੱਤਾ ਕਿ ਉਹਨੇ ਸਾਬਣ ਘੋਲ ਕੇ ਪੀਤਾ, ਉਹਦਾ ਅੰਦਰ ਵਾਸ਼ ਕੀਤਾ ਗਿਆ। ਡਾਕਟਰ ਦਾ ਕਹਿਣਾ ਸੀ ਕਿ ਜੇ ਅਜਿਹੇ ਕੰਮ ਦਾ ਪੁਲਿਸ ਨੂੰ ਪਤਾ ਲੱਗ ਜਾਏ ਤਾਂ ਝੱਟ ਥਾਣੇ ਵਾਲੇ ਫੜ ਕੇ ਲੈ ਜਾਂਦੇ ਨੇ। ਉੱਧਰ ਸੀਬੋ ਅਤੇ ਸੀਤੋ ਰੱਬ ਨੂੰ ਯਾਦ ਕਰਦੀਆਂ ਰਹੀਆਂ। ਰਾਤ ਭਰ ਹਸਪਤਾਲ 'ਚ ਰੱਖ ਕੇ ਸੀਤੋ ਦਾ ਪ੍ਰਾਹੁਣਾ ਬਚਨੇ ਨੂੰ ਘਰ ਲੈ ਆਇਆ। ਉਹ ਬਚਨੇ ਨੂੰ ਸਮਝਾਉਂਦਾ ਰਿਹਾ ਕਿ ਜੋ ਰੱਬ ਨੇ ਕਿਸਮਤ 'ਚ ਲਿਖ ਦਿੱਤਾ ਹੈ ਬੰਦੇ ਨੂੰ ਉਹੀ ਮਨਜ਼ੂਰ ਕਰ ਲੈਣਾ ਚਾਹੀਦਾ। ਜਿਹੜੇ ਲੜਾਈਆਂ 'ਚ ਜਾਂਦੇ ਨੇ ਉਹ ਵੀ ਤਾਂ ਮਾਵਾਂ ਦੇ ਪੁੱਤ ਹੁੰਦੇ ਨੇ, ਨਾਲੇ ਜਿਹੜੀ ਗੋਲੀ 'ਤੇ ਤੁਹਾਡਾ ਨਾਂ ਲਿਖਿਆ ਹੋਇਆ ਹੈ ਉਹੀ ਤੁਹਾਡੇ ਲੱਗਣੀ ਹੈ, ਅਤੇ ਜੇ ਨਹੀਂ ਲਿਖਿਆ ਤਾਂ ਗੋਲੀਆਂ ਦੇ ਮੀਂਹ 'ਚ ਵੀ ਭਾਵੇਂ ਖੜ੍ਹੇ ਰਹੋ, ਤੁਹਾਨੂੰ ਕੁਛ ਨਹੀਂ ਹੋਣ ਲੱਗਾ।
ਨਾਲੇ ਪੰਜਾਬੀ ਹੋ ਕੇ, ਜੱਟ ਹੋ ਕੇ, ਗੁਰੂ ਦਾ ਸਿੱਖ ਹੋ ਕੇ ਇਉਂ ਕਿਉਂ ਮੌਤ ਤੋਂ ਡਰਨਾ ਹੋਇਆ? ਬਚਨਾ ਸਭ ਗੱਲਾਂ ਸੁਣਦਾ ਰਿਹਾ ਅਤੇ ਅਗਲੇ ਦਿਨ ਸੀਬੋ ਨੂੰ ਪਿੰਡ ਛੱਡ ਕੇ ਸੀਤੋ ਦੇ ਘਰ ਵਾਲੇ ਨਾਲ ਪਠਾਨਕੋਟ ਵਾਲੀ ਗੱਡੀ ਚੜ੍ਹ ਗਿਆ। ਪਠਾਨਕੋਟ ਉਹਨਾਂ ਦਾ ਬੇਸ ਕੈਂਪ ਸੀ। ਉੱਥੋਂ ਫਿਰ ਫੌਜੀ ਗੱਡੀਆਂ 'ਚ ਉਹਨਾਂ ਨੂੰ ਉਹਨਾਂ ਦੀਆਂ ਪਲਟਣਾਂ 'ਚ ਪਹੁੰਚਾ ਦਿੰਦੀਆਂ ਸਨ। ਸੀਬੋ ਬਹੁਤ ਉਦਾਸ ਹੋ ਗਈ। ਉਹਨੂੰ ਲੱਗਿਆ ਕਿ ਬਚਨਾ ਜਾਣਾ ਨਹੀਂ ਸੀ ਚਾਹੁੰਦਾ, ਇਸ ਲਈ ਉਹਨੇ ਸਾਬਣ ਘੋਲ ਕੇ ਪੀ ਲਿਆ ਸੀ। ਸੀਤੋ ਦਾ ਪ੍ਰਾਹੁਣਾ ਜੇ ਨਾ ਆਉਂਦਾ ਤਾਂ ਖਬਰੇ ਉਹਨੂੰ ਜਾਣਾ ਹੀ ਨਾ ਪੈਂਦਾ, ਪਰ ਉਹ ਤਾਂ ਆਖਦਾ ਸੀ ਕਿ ਫਿਰ ਉਹਨੂੰ ਫੌਜੀ ਪੁਲਿਸ ਨੇ ਫੜ ਕੇ ਲੈ ਜਾਣਾ ਸੀ। ਸੀਬੋ ਨੂੰ ਮਾੜੀ ਮਾੜੀ ਗੱਲ 'ਤੇ ਰੋਣਾ ਆ ਜਾਂਦਾ। ਕਦੇ ਉਹਦਾ ਮਨ ਕਰਦਾ ਕਿ ਆਪ ਗੱਡੀ ਚੜ੍ਹ ਕੇ ਜਿੱਥੇ ਉਹ ਹੋਵੇ ਮਿਲ ਕੇ ਆਵੇ। ਉਹਨੇ ਤਾਂ ਬਚਨੇ ਲਈ ਦੇਸੀ ਘਿਓ ਜੋੜ ਕੇ ਰੱਖਿਆ ਹੋਇਆ ਸੀ, ਉਹ ਵੀ ਲੈ ਕੇ ਨਹੀਂ ਗਿਆ। ਉਹਨੂੰ ਸਮਝ ਨਹੀਂ ਸੀ ਲੱਗਦੀ ਕਿ ਲੜਾਈਆਂ ਕਾਹਦੇ ਲਈ ਲੱਗਦੀਆਂ ਨੇ, ਅਤੇ ਲੜਾਈ 'ਚ ਫੌਜੀ ਇੱਕ ਦੂਜੇ ਨੂੰ ਮਾਰਦੇ ਹੀ ਨੇ, ਹੋਰ ਤਾਂ ਕੁਛ ਨਹੀਂ ਕਰਦੇ। ਅਤੇ ਕਦੇ ਕਦੇ ਸੀਬੋ ਮੱਕੀ ਦੀਆਂ ਰੋਟੀਆਂ ਵੱਧ ਲਾਹ ਲੈਂਦੀ ਅਤੇ ਮੱਖਣੀ ਵੀ ਤੱਤੀ ਨਾ ਕਰਦੀ। ਉਹਨੂੰ ਲੱਗਦਾ ਸ਼ਾਇਦ ਅੱਜ ਬਚਨਾ ਹੀ ਆ ਜਾਵੇ। ਬਚਨੇ ਨੂੰ ਸਾਗ ਮੱਕੀ ਦੀ ਰੋਟੀ ਅਤੇ ਸਾਗ 'ਚ ਮੱਖਣੀ ਬਹੁਤ ਚੰਗੀ ਲੱਗਦੀ ਸੀ। ਕਦੇ ਕਦੇ ਉਹ ਗੁਲਜ਼ਾਰੇ ਨੂੰ ਪੁੱਛਦੀ ਕਿ ਤੇਰਾ ਚਾਚਾ ਹੁਣ ਕਦੋਂ ਆਊਗਾ। ਉਹ ਹਰ ਵੇਲੇ ਸੌਰ 'ਚ ਧਾਰਦੀ ਰਹਿੰਦੀ। ਮੱਝ ਨੂੰ ਚੌਣੇ 'ਚ ਛੱਡਣ ਗਈ ਨੂੰ ਜੇ ਅੱਗੋਂ ਕੋਈ ਪਾਣੀ ਦਾ ਭਰਿਆ ਘੜਾ ਲੈ ਕੇ ਮਿਲ ਪੈਂਦੀ ਤਾਂ ਖੁਸ਼ ਹੋ ਜਾਂਦੀ ਕਿ ਚੰਗਾ ਸ਼ਗਨ ਹੋ ਗਿਆ। ਜੇ ਲੱਕੜਾਂ ਲਈ ਮਿਲ ਜਾਂਦਾ ਤਾਂ ਕਦੇ ਬਿੱਲੀ ਰਾਹ ਘੜ ਜਾਂਦੀ ਤਾਂ ਰੱਬ ਨੂੰ ਯਾਦ ਕਰਦੀ ਅਤੇ ਆਖਦੀ, ਹੇ ਰੱਬਾ ਸੁੱਖ ਰੱਖੀਂ। ਉਹਦੇ ਕੋਲ ਪਿਆ ਗੁਲਜ਼ਾਰਾ ਸੌਂ ਜਾਂਦਾ, ਪਰ ਉਹਨੂੰ ਦੇਰ ਤੱਕ ਨੀਂਦ ਨਾ ਆਉਂਦੀ। ਕਦੇ ਕਦੇ ਉਹ ਜੈਕੁਰ ਵੱਲ ਚਲੀ ਜਾਂਦੀ ਅਤੇ ਆਖਦੀ ਕਿ ਬੇਬੇ ਕੋਈ ਕੰਮ ਕਰਵਾ ਦਿਆਂ। ਜੈਕੁਰ ਉਹਨੂੰ ਕਦੇ ਦਾਲ ਦਾਲਣ ਲਾ ਦਿੰਦੀ, ਕਦੇ ਕਪਾਹ ਵੇਲਣ ਲਈ ਆਖ ਦਿੰਦੀ। ਗੁਲਜ਼ਾਰਾ ਮਿਲਖੇ ਨਾਲ ਖੇਡਦਾ ਰਹਿੰਦਾ। ਅਥਣੇ ਗੁਲਜ਼ਾਰੇ ਨੂੰ ਸੀਬੋ ਆਖਦੀ ਕਿ ਚੱਲ ਪੁੱਤ ਆਪਣੇ ਘਰ ਚੱਲੀਏ। ਕਦੇ ਕਦੇ ਬਚਨੇ ਦੀ ਚਿੱਠੀ ਆ ਜਾਂਦੀ ਜਿਹਨੂੰ ਉਹ ਕਈ ਕਈ ਵਾਰ ਪੜ੍ਹਦੀ ਅਤੇ ਫਿਰ ਗੁਲਜ਼ਾਰੇ ਨੂੰ ਦੱਸਦੀ ਕਿ ਤੇਰੇ ਚਾਚੇ ਦੀ ਚਿੱਠੀ ਆਈ ਹੈ। ਅਤੇ ਜਦੋਂ ਮਨੀ ਆਰਡਰ ਆ ਜਾਂਦਾ ਤਾਂ ਪੈਸੇ ਸਾਂਭ ਕੇ ਰੱਖ ਛੱਡਦੀ। ਉਹਨੂੰ ਲੱਗਦਾ ਕਿ ਪੈਸੇ ਕਾਹਦੇ ਨੇ, ਇਹਨਾਂ ਕਰਕੇ ਤਾਂ ਬੰਦਾ ਘਰੋਂ ਬੇਘਰ ਹੋ ਜਾਂਦਾ। ਆਪਣੀ ਹਰੇਕ ਚਿੱਠੀ 'ਚ ਸੀਬੋ ਇਹੀ ਲਿਖਦੀ ਕਿ ਤੁਸੀਂ ਛੁੱਟੀ ਕਦੋਂ ਆਓਗੇ। ਵੀਰਾ ਲੈਣ ਆਇਆ ਸੀ, ਮੈਂ ਉਹਨੂੰ ਆਖਿਆ ਸੀ ਕਿ ਮੈਂ ਤੇਰੇ ਨਾਲ ਕਿਵੇਂ ਜਾ ਸਕਦੀ ਹਾਂ, ਉਹਦਾ ਕੀ ਪਤਾ ਕਦੋਂ ਆ ਜਾਵੇ, ਅਤੇ ਨਾਲੇ ਮੱਝ ਮੇਰੇ ਹੱਥ ਪਈ ਹੋਈ ਹੈ। ਗੁਲਜ਼ਾਰਾ ਸਕੂਲ ਜਾਂਦਾ, ਦਿਨ ਇਉਂ ਹੀ ਲੰਘੀ ਜਾ ਰਹੇ ਨੇ। ਧੰਨਵਾਦ।